ਤੇ ਅੱਜ ਕਿਹੜੇ ਅਸੇ ਹਾਲਾਤ ਆ ਕਿ ਤੁਸੀਂ ਫੇਰ ਵਾਪਸੀ ਫਤਿਹਗੜ ਚੂੜੀਆਂ ਦੁਜੀ ਪ੍ਰੈਜ਼ੈਂਟ ਕਰ। ਇੱਕ ਤੇ ਮ ਬਟਾਲੇ ਚ ਆਊਟਸਾਈਡਰ ਵਾਜਦਾ। ਸਾਡੇ ਘਰ ਕਦੀ ਕਾਲੀਦਲ ਦਾ ਬਸਤਾ ਤੱਕ ਨਹੀਂ ਭੇਜਿਆ ਇਹਨਾਂ ਨੇ। ਸਾਡੇ ਬੂਏਗੇ ਹਾਰਨ ਮਾਰ ਕੇ ਲੰਗਦੇ ਨੇ, ਹੂਟਰ ਮਾਰ ਕੇ ਲੰਗਦੇ ਨੇ। ਸੀਨੀਅਰਸ ਲੀਡਰ ਕਹਿੰਦੇ ਜੀ ਇਹ ਸਾਡੇ ਖਿਲਾਫ ਬਹੁਤ ਬੋਲਦਾ। ਇਹ ਲੋਕ ਉਹ ਕਹਿੰਦੇ ਨਹੀਂ ਜਿਨ੍ਹਾਂ ਦੀ ਆਪਣੀ ਫਿਤਰਤ ਇਤਲੰਦੀ ਹੈ। ਭੂਗੀ ਕਹਿੰਦਾ ਸੀ ਮੈਂ ਮੁੱਖ ਮੰਤਰੀ ਬਣਨਾ। ਸ਼੍ਰੀ ਅਸ਼ੂਨੀ ਸ਼ੇਖੜੀ ਜੀ ਕਹਿੰਦੇ ਸੀ ਮੈਂ ਡਿਪਟੀ ਮੁੱਖ ਮੰਤਰੀ ਬਣਨਾ। ਤੇ ਮੈਂ ਲੋਕਾਂ ਨੂੰ ਕਿਹਾ ਭਾਈ ਮੈਂ ਤੇ ਐਮਐਲਏ ਬਣਨਾ ਜੇ ਤੁਸੀਂ ਪ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤੇ ਜਿੱਥੇ ਪੰਜਾਬ ਸਰਕਾਰ ਵੱਲੋਂ 4 ਸਾਲ ਪੂਰੇ ਹੋਣ ਤੇ ਆਪਣੇ ਦਾਅਵੇ ਪੇਸ਼ ਕੀਤੇ ਜਾ ਰਹੇ ਨੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਜੇ ਗੱਲ ਕਰੀਏ ਤੇ ਮੁਖ ਧਾਰਾ ਦੇ ਵਿੱਚ ਇੱਕ ਚੋਣ ਬਿਗਲ ਵਜਾ ਚੁੱਕੇ ਨੇ ਅਕਾਲੀ ਦਲ ਦੀ ਗੱਲ ਕਰੀਏ ਤੇ ਚਾਹੇ ਜਖੇਮ ਕਰਨ ਤੋਂ ਜਾਂ ਸੁਖਬੀਰ ਬਾਦਲ ਆਪਣੀ ਖੁੱਦ ਦੀ ਟਿਕਟ ਅਨਾਉਂਸ ਕਰ ਚੁੱਕੇ ਨੇ ਔਰ ਇਹ ਸਮਝਿਆ ਜਾ ਸਕਦਾ ਹੈ ਕਿ ਅਕਾਲੀ ਦਲ ਵੱਲੋਂ ਜਿਹੜੀ ਚੋਣ ਮੁਹਿੰਮ ਉਹ ਪੂਰੀ ਸ਼ੁਰੂ ਕਰ ਦਿੱਤੀ ਗਈ ਹੈ ਉਸੇ ਦੇ ਵਿਚਕਾਰ ਕੁਝ ਇਹ ਵੀ ਚੀਜ਼ਾਂ ਸਾਹਮਣੇ ਆ ਰਹੀਆਂ ਕਿ ਜਿਵੇਂ ਜਿਵੇਂ ਇੱਕ ਰੈਲੀਆਂ ਪਲਾਨਡ ਕੀਤੀਆਂ ਚਾਹੇ ਮੁਲਤਵੀ ਕੀਤੀਆਂ ਗਈਆਂ ਕੋਵਿਡ ਸੁਖਬੀਰ ਬਾਦਲ ਨੂੰ ਕੋਵਿਡ ਹੋਣ ਦੇ ਕਾਰਨ ਲੇਕਿਨ ਜਿਵੇਂ ਜਿਵੇਂ ਰੈਲੀਆਂ ਪਲਾਨਡ ਕੀਤੀਆਂ ਗਈਆਂ ਉਵੇਂ ਉਵੇਂ ਹੀ ਉਹ ਹਲਕਿਆਂ ਦੇ ਵਿੱਚ ਵਿਧਾਨ ਸਭਾ ਹਲਕਿਆਂ ਦੇ ਵਿੱਚ ਵੀ ਆਮ ਵੋਟਰਾਂ ਵੱਲੋਂ ਜਾਂ ਅਕਾਲੀ ਦਲ ਦੇ ਜਿਹੜੇ ਵਰਕਰਸ ਨੇ ਜਿਹੜੇ ਅਕਾਲੀ ਦਲ ਦੇ ਲੋਕਲ ਸਥਾਨਕ ਲੀਡਰਸ ਨੇ ਉਹਨਾਂ ਵੱਲੋਂ ਆਪਣੇ ਆਪਣੇ ਲੀਡਰਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਟਿਕਟਸ ਨੂੰ ਲੈ ਕੇ ਇਦਾਂ ਦਾ ਹੀ ਹਾਲਾਤ ਕੁਝ ਅਪਾ ਜ਼ਿਲ੍ਹੇ ਗੁਰਦਾਸਪੁਰ ਦੀ ਕਰੀਏ ਤੇ ਵਿਧਾਨ ਸਭਾ ਹਲਕਾ ਫਤੇਗੜ ਚੂੜੀਆਂ ਤੋਂ ਮੇਰੇ ਨਾਲ ਨੇ ਲਖਬੀਰ ਸਿੰਘ ਲੋਧੀ ਨੰਗਲ ਜਿਹੜੇ ਕਿ ਐਸ ਵੇਲੇ ਮੌਜੂਦਾ ਬਟਾਲਾ ਤੋਂ ਐਮ ਐਲ ਏ ਨੇ ਲੇਕਿਨ ਇਹ ਆਪਣੇ ਪੁਰਾਣੇ ਹਲਕੇ ਦੇ ਵਿੱਚ ਘਰ ਵਾਪਸੀ ਦੀ ਗੱਲ ਆਖ ਰਹੇ ਨੇ ਆਪਾਂ ਗੱਲ ਕਰਦੇ ਆ ਸਰਸ਼ੀਲ ਲੋਧੀ ਨੰਗਲ ਸਾਹਿਬ ਸਰਸ਼ੀਲ ਜੀ ਬਹੁਤ ਮਿਹਰਬਾਨੀ ਕਿਵੇਂ ਦਾ ਮਾਹੌਲ ਹੈ ਕਿਉਂਕਿ ਪਿਛਲੇ 1 ਹਫਤੇ ਤੋਂ ਲਗਾਤਾਰ ਪ੍ਰੈਸ ਕਾਨਫਰੰਸ ਦਾ ਦੌਰ ਹੈ ਮੀਟਿੰਗਸ ਦਾ ਦੌਰ ਫਤੇਗੜ ਚੂੜੀਆਂ ਹਲਕੇ ਤੋਂ ਇਦੇ ਪਿੱਛੇ ਕੀ ਕਰ ਰਗਾ ਕੋਈ ਖਲਸਾ ਵਹਿ ਫਤੇ ਗਰਸ ਲਿਸਤਰਾ ਗੋਪਿਤ ਕਿ ਫਤੇਗੜ ਝੂੜੀਆਂ ਜਿੱਥੇ ਆਪਾਂ ਬੈਠੇ ਆ ਮੇਰਾ ਪਿੰਡ ਇਹ ਵੀ ਫਰੇਗੜ ਝੂੜੀਆਂ ਦਾ ਹਿੱਸਾ ਔਰ ਇਹਦੇ ਚੜਦੇ ਵੀ ਤੇ ਲੈਂਦੇ ਵੀ ਸਾਰਾ ਫਤੇਗੜ ਝੂੜੀਆਂ ਹੀ ਆ ਕਿ ਪਹਿਲੋਂ ਦਾ ਨਾਂ ਕਾਦੀਆਂ ਹੁੰਦਾ ਸੀ ਪਹਿਲਾਂ ਜਿਹੜਾ ਪੁਰਾਣਾ ਫਤੇਗੜ ਝੂੜੀਆਂ ਸੀ ਉਹ ਮੋਰ ਥੈਨ 70% ਦੇ ਕਰੀਬ ਤੇਰਾ ਬਾਬਾ ਨਾਨਕ ਹੀ ਚਲੇ ਗਿਆ ਉਹਦੋਂ ਤੇਰਾ ਬਾਬਾ ਨਾਨਕ ਨਾਂ ਦੀ ਕਾਂਸੀਕੂਨਸੀ ਨਹੀਂ ਸੀ ਉਹਦਾ ਨਾਂ ਨਵਾਂ ਆ ਗਿਆ ਔਰ ਪੁਰਾਣੇ ਫਤੇਗੜ ਹਲਕੇ ਦੇ ਵਿੱਚੋਂ ਕੋਈ 30 32 ਬੂਥ ਜਿਹੜੇ ਸੀ ਉਹ ਇਸ ਨਵੇਂ ਫਤੇਗੜ ਚੂੜੀਆਂ ਹਲਕੇ ਦੇ ਵਿੱਚ ਪਾਏ ਗਏ ਤੇ ਬਾਕੀ ਜਿਹੜਾ ਕਾਦੀਆਂ ਪੁਰਾਣਾ ਹਲਕਾ ਸੀ ਉਹ 67 68% ਉਹ ਪਾ ਲਿਆ ਕੁਝ ਪਟਾਲਾ ਜਿਹੜਾ ਸੀ ਪੁਰਾਣਾ ਹਲਕਾ ਉਹਨੂੰ ਜਮ੍ਹਾਂ ਕਰਕੇ ਤੇ ਇਹ ਨਵਾਂ ਫਤਿਹਗੜ ਚੂੜੀਆਂ ਹਲਕਾ ਜਿਹੜਾ ਬਣ ਗਿਆ। ਉਦੋਂ ਅਸਲ ਇਹ ਟਿਕਟਾਂ ਦੀ ਵੰਡ ਬੜੀ ਗਲਤ ਹੋ ਗਈ। ਜਦੋਂ ਕਾਂਗਰਸ ਪਾਰਟੀ ਵਾਲੇ ਜਿਹੜੇ ਉਸ ਵੇਲੇ ਫਤਿਹਗੜ ਲੜਦੇ ਸੀ ਉਹਨਾਂ ਨਾਮ ਬਦਲਨ ਕਰਕੇ ਡੇਰਾ ਬਾਬਾ ਨਾਨਕ ਨੂੰ ਸਮਝਿਆ ਕਿ ਇਹੋ ਹੀ ਫਤਿਹਗੜ ਆ ਕਿਉਂਕਿ ਇੱਥੇ 70% ਸਾਫ ਫਤਿਹਗੜ ਚੂੜੀਆਂ ਦਾ ਉਹਨਾਂ ਉਹਨੇ ਉਹਨਾਂ ਨੇ ਉੱਥੇ ਹੀ ਕਲੇਮ ਕੀਤਾ ਸ੍ਰੀ ਜਿੰਦਰ ਰੰਧਾਵਾ ਉੱਥੇ ਹੀ ਆਪਣਾ ਕੈਂਡੀਡੇਚਰ ਰੱਖਿਆ ਇੱਥੇ ਤ੍ਰਿਪਤ ਰਜਿੰਦਰ ਬਾਜਵਾ ਲੜਦਾ ਹੁੰਦਾ ਸੀ ਉਹਨੇ ਵੀ ਆਪਣਾ ਫਰੀਗੜ ਚੂੜੀਆਂ ਕਾਦੀਆਂ ਦਾ ਨਾਮ ਉਹਨੇ ਸਮਝਿਆ ਚੇਂਜ ਹੋਇਆ ਤੇ ਉਹਨੇ ਵੀ ਇਸੇ ਹਲਕੇ ਦੇ ਵਿੱਚ ਹੀ ਮੈਜੋਰਟੀ ਉਹਦੀ ਪੁਰਾਣੇ ਹਲਕੇ ਦੀ ਸੀ ਤੇ ਉਹਨੇ ਇੱਥੇ ਇਲੈਕਸ਼ਨ ਲੜੀ ਇਹੋ ਹੀ ਮੇਨ ਕਾਰਨ ਆ ਕਿ ਇਹ ਸਾਡੇ ਅਕਾਲੀ ਦਲ ਦੇ ਜਿਹੜੇ ਦੋ ਸੀਨੀਅਰ ਸਾਡੇ ਸਤਿਕਾਰਯੋਗ ਸਾਥੀ ਸਨ ਵੱਡੇ ਕਾਲੂ ਸਾਹਿਬ ਤੇ ਲਗਾ ਸਾਹਿਬ ਕਿਉਂਕਿ ਬਾਦਲ ਸਾਹਿਬ ਦੇ ਉੱਤੇ ਬੜਾ ਪ੍ਰਭਾਵ ਰੱਖਦੇ ਸੀ ਇਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਇਹ ਦੋਵੇਂ ਹਲਕੇ ਜਿਹੜੇ ਆ ਚੂਜ਼ ਕਰ ਲਏ ਔਰ ਉਹ ਡੇਰੇ ਆ ਗਿਆ ਇਹਨਾਂ ਨਵਾਂ ਫਰਿਗੜ ਬਣ ਲਿਆ ਮੈਨੂੰ ਤੇ ਸਦਾ ਸਖਬੀਰ ਸਿੰਘ ਬਾਦਲ ਦੀ ਮਿਹਰਬਾਨੀ ਵੱਡੇ ਬਾਦਲ ਸਾਹਿਬ ਉਹਨਾਂ ਦੀ ਮਿਹਰਬਾਨੀ ਕਿ ਉਹਨਾਂ ਨੇ ਬਟਾਲਾ ਹਲਕਾ ਕਿਉਂਕਿ ਭਾਜਪਾ ਦੇ ਕੋਲ ਸੀ ਉਹਨਾਂ ਬੀਜੇਪੀ ਦੇ ਨਾਲ ਐਕਸਚੇਂਜ ਕਰਕੇ ਉਹਨਾਂ ਨੂੰ ਪਤਾ ਨਹੀਂ ਲੁਧਿਆਣਾ ਕਿ ਕਿੱਥੋਂ ਇੱਕ ਹਲਕਾ ਜਿਹੜਾ ਦੇਤਾ ਤੇ ਬਟਾਲਾ ਜਿਹੜਾ ਉਹ ਕਾਲੀਦਲ ਹੀ ਲੈ ਲਿਆ ਔਰ ਮੈਂ ਸਮਝਦਾ ਕਿ ਉਹਨਾਂ ਦੀ ਮਿਹਰਬਾਨੀ ਉਹਨਾਂ ਨੇ ਮੈਨੂੰ ਕਮੋਡੀਟ ਕਰਨ ਵਾਸਤੇ ਲਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਸ ਬੰਦੇ ਦਾ ਆਧਾਰ ਚੰਗਾ ਆ ਤੇ ਕਾਲੀਦਲ ਜਿਹੜਾ ਆ ਇਹਨੂੰ ਨਾਲ ਰੱਖਣ ਦੇ ਵਿੱਚ ਹੀ ਕਾਲੀਦਲ ਜਮਾਤ ਨੂੰ ਫਾਇਦਾ ਆ ਔਰ ਉਹਨਾਂ ਨੇ ਉਹ ਲੈ ਕੇ ਹਾਲਾਂਕਿ ਉੱਥੇ ਜਹਦਰ ਸਿੰਘ ਉਹ ਦਫ਼ਤਰ ਵੀ ਖੋਲ ਕੇ ਬੈਠਾ ਸੀ ਵੀ ਮੈਂ ਬਟਾਲੇ ਲੜਨਾ ਜੇ ਤੁਹਾਨੂੰ ਸਾਰੀ ਸਥਿਤੀ ਪੁਰਾਣੀ ਦਾ ਪਤਾ ਪਰ ਉਹਨਾਂ ਨੇ ਮੈਨੂੰ ਸਦਕਾ ਸਦਾ ਸਖਵੀਰ ਸਿੰਘ ਬਾਦਲ ਨੇ ਉਦੋਂ 15 16 ਦਿਨ ਹੀ ਰਹੀਦੇ ਸੀ ਇਲੈਕਸ਼ਨ ਦੇ ਵਿੱਚ 12 ਦੀ ਦੇ ਵਿੱਚ ਜਦੋਂ ਉਹਨਾਂ ਮੈਨੂੰ ਜਲਾਲਾਬਾਦ ਸੱਦਿਆ ਤੇ ਮੈਨੂੰ ਕਿਹਾ ਵੀ ਤੁਸੀਂ ਜਾ ਕੇ ਬਟਾਲੇ ਤੋਂ ਇਲੈਕਸ਼ਨ ਲੜੋ ਮੈਨੂੰ ਉਹ ਵੀ ਦਿਨ ਯਾਦ ਆ ਕਿ ਜਿਵੇਂ 2007 ਦੇ ਵਿੱਚ ਤੁਸੀਂ ਅਕਾਲੀ ਦਲ ਨੂੰ ਜੁਆਇਨ ਕੀਤਾ ਇੱਕ ਰੈਲੀ ਹੋਈ ਔਰ ਸ਼ਾਇਦ ਜਿਵੇਂ ਸੁਖਬੀਰ ਬਾਦਲ ਰਾਣੇ ਅਨਾਉਂਸ ਕੀਤਾ ਸੀ ਉਹ ਰੈਲੀ ਲਈ ਬਾਰੇ ਵੀ ਦੱਸੋ ਕਿ ਕਿਵੇਂ ਦਾ ਉਸ ਵੇਲੇ ਮਾਹੌਲ ਸੀ ਉਹ ਰੈਲੀ ਦਾ ਮੈਂ ਕਹੂੰਗਾ ਮੁੰਡੇ ਨੂੰ ਬਾਹਰ ਉਧਰ ਫੋਟੋ ਵੀ ਪਈ ਹੈ ਉਹ ਲਿਆ ਕੇ ਇੱਥੇ ਰੱਖੋ ਜੇ ਕੈਮਰਾ ਦਰਸ ਲਈਏ ਜੇ ਪਿਛੋਕੜ ਜਾਈਏ ਤੇ ਬੜਾ ਲੰਮਾ ਆ ਮੈਂ ਜਦੋਂ ਤੋਂ ਹੀ ਹੋਸ਼ ਸੰਭਾਲੀਏ 1972 ਤੋਂ ਅਕਾਲੀ ਦਲ ਦੇ ਵਿੱਚ ਸਟਰਗਲ ਕਰਦਾ ਆ 1972 ਚ ਮੈਂ ਸਰਪੰਚੀ ਲਈ ਜਦੋਂ ਕਾਗਜ਼ ਭਰੇ ਸੀ ਤੇ ਮੇਰੀ ਉਮਰ 25 ਸਾਲ ਦੀ ਸੀ ਇਸ ਕਰਕੇ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਲੜ ਨਹੀਂ ਸਕਦੇ ਫਿਰ ਮ 78 ਵਿੱਚ ਜਦੋਂ ਐਮਰਜੈਂਸੀ ਤੋਂ ਬਾਅਦ ਇਲੈਕਸ਼ਨ ਹੋਈਆ ਉਦੋਂ ਮੈਂ ਸਰਪੰਚ ਬਣਿਆ ਉਦੋਂ ਤੋਂ ਲੈ ਕੇ ਅਪ ਟੂ ਡੇਟ ਅੱਜ ਤੱਕ ਸਾਡਾ ਪਰਿਵਾਰ ਇੱਥੇ ਸਰਪੰਚੀ ਤੇ ਕਾਬਜ ਹੈ ਔਰ ਮੈਂ ਨੂੰ 97 ਦੇ ਵਿੱਚ ਬਾਦਲ ਸਾਹਿਬ ਨੇ ਟਿਕਟ ਨਾ ਦਿੱਤੀ ਕਿਉਂਕਿ ਉਹ ਮੈਨੂੰ ਟਿਕਟ ਦੇਣਾ ਚਾਹੁੰਦੇ ਸੀ ਮੇਰੇ ਹੋਈ ਸਤਕਾਰਯੋਗ ਸਾਥੀ ਜਿਹੜੇ ਨੇ ਉਦੋਂ ਇਹਨਾਂ ਦੇ ਵਿੱਚ ਸੇਖਮਾ ਵੀ ਸ਼ਾਮਿਲ ਸੀ ਇਹਨਾਂ ਤਿੰਨਾਂ ਦੇ ਮਨ ਚ ਇਹ ਸੀ ਕਿ ਇਹ ਪਪੂਲਰ ਆ ਭਜਨਸ ਬੜੀ ਕਰਦਾ ਆ ਲੋਕਾਂ ਚ ਦਾ ਆਧਾਰ ਚੰਗਾ ਆ ਤੇ ਇਹਨੂੰ ਜਿੰਨਾ ਵਾਈਡ ਕੀਤਾ ਜਾਵੇ ਉਹਨਾਂ ਹੀ ਚੰਗਾ ਮੈਂ ਸੱਚੀ ਗੱਲ ਜਿਹੜੀ ਪੋਲੀਟਿਕਲੀ ਕਰਦਾ ਆ ਵੀ ਇਹ ਇਹਨਾਂ ਦੀ ਸੋਚ ਸੀ ਮੇਰੇ ਮਨ ਚ ਇਸ ਤਰ੍ਹਾਂ ਦੀ ਹੈ ਨਹੀਂ ਸੀ ਉਸ ਤੋਂ ਪਹਿਲਾਂ ਮੈਂ 1985 ਦੇ ਵਿੱਚ ਵੀ ਇੰਡੀਪੈਂਡੈਂਟ ਚੋਣ ਲੜੀ ਸੀ ਉਦੋਂ ਮੈਂ 667 ਵੋਟਾਂ ਦੇ ਫਰਕ ਨਾਲ ਰਹਿ ਗਿਆ ਸੀ 91 ਚ ਮੈਂ 올 ਇੰਡੀਆ 6 ਸਟੂਡੈਂਟ ਫਾਊਂਡੇਸ਼ਨ ਦੇ ਵੱਲੋਂ ਇਲੈਕਸ਼ਨ ਲੜ ਰਿਹਾ ਸੀ ਕਿਉਂਕਿ ਮੈਂ ਫਿਰ 올 ਇੰਡੀਆ 6 ਸਟੂਡੈਂਟ ਫਾਊਂਡੇਸ਼ਨ ਦਾ ਜਨਰਲ ਸੈਕਟਰੀ ਸੀ ਤੇ ਫਿਰ ਉਹ ਇਲੈਕਸ਼ਨ ਜਿਹੜੀ ਆ ਰਾਤ ਨੂੰ ਪੋਸਟਪੋਨ ਹੋ ਗਈ ਜਦੋਂ ਸਵੇਰੇ ਵੋਟਾਂ ਪੈਣੀਆਂ ਸੀ ਉਸ ਤੋਂ ਬਾਅਦ ਆਪਾਂ ਬਾਈਕਾਟ ਕਰਤਾ 92 ਚ ਕਾਂਗਰਸ ਨੇ ਇਕੱਲੇ ਇਲੈਕਸ਼ਨ ਲੜ ਲਈ ਉਦੋਂ ਇਹ ਜਿਹੜਾ ਆ ਬਾਜਵਾ ਸਾਹਿਬ ਉਦੋਂ ਇਥੇ ਐਮਐਲਏ ਬਣੇ ਕਾਦੀਆਂ ਦੇ ਵਿੱਚ 97 ਚ ਚੋਣ ਆ ਗਈ 97 ਚ ਮੈਨੂੰ ਕੋਈ ਸ਼ੱਕ ਨਹੀਂ ਸੀ ਕਿ ਮੈਨੂੰ ਪਾਰਟੀ ਟਿਕਟ ਨਹੀਂ ਦਊਗੀ ਕਿਉਂਕਿ ਮੈਂ 11 ਮਹੀਨੇ ਪਾਰਟੀ 'ਚ ਕੈਦ ਵੀ ਕੱਟੀ ਸੀ ਧਰਮਯੋਧ ਮੋਰਚੇ ਜਾਂ ਰਸਤਾ ਰੋਕੂ ਮੋਰਚੇ ਜਾਂ ਰੇਲ ਰੋਕੂ ਮੋਰਚੇ ਬਹੁਤ ਮਤਲਬ ਮਾਰ ਖਾਧੀ ਔਰ ਦੂਜੇ ਨੰਬਰ ਤੇ ਉਹਨਾਂ ਵੇਲਿਆਂ 'ਚ ਕੋਈ ਬੰਦਾ ਪੋਲੀਟੀਕਲ ਇੱਥੇ ਲਬਦਾ ਨਹੀਂ ਸੀ ਜਦੋਂ ਖਾੜਕੁਵਾਦ ਦਾ ਦੌਰ ਸੀ ਮੈਂ ਇਕੱਲਾ ਹੀ ਇੱਥੇ ਸਾਰੇ ਲੋਕਾਂ ਦੇ ਮਗਰ ਭਜਨਸ ਕਰਨ ਵਾਸਤੇ ਤਿਆਰੀਂਦਾ ਸਾਂ ਔਰ ਅੱਜ ਵੀ ਫੋਰਨ ਕੰਟਰੀ ਵਿੱਚ ਜਿਹੜੇ ਗਰਦਾਸਪੁਰ ਦੇ ਖਾਸ ਕਰਕੇ ਅੰਬਰਸਰ ਦੇ ਬਹੁਤ ਖਾਰਕੂ ਵੀਰ ਕਈ ਉਹਲੇ ਉੱਥੋਂ ਚਲੇ ਗਏ ਅੱਜ ਵੀ ਉਹ ਯਾਦ ਕਰਨਗੇ ਤੁਹਾਨੂੰ ਯਾਦ ਆਊਗਾ ਵੀ ਲਖਵੀਰ ਸਿੰਘ ਲਖਾ ਲੋਦੀ ਨੰਗਲ ਵਾਲਾ ਜਿਹੜਾ ਆ ਉਹ ਜ਼ਰੂਰ ਸਾਡੇ ਮਗਰ ਆ ਕੇ ਸਾਨੂੰ ਸਹਾਰ ਲੈਂਦਾ ਸੀ ਜਦੋਂ ਓខਾ ਵੇਲਾ ਸੀ ਔਰ ਮੈਂ 97 ਚ ਇਹਨਾਂ ਇੱਕ ਐਸੀ ਕੋਜੀ ਗੱਲ ਬਾਤ ਸਾਬ ਉਹਨਾਂ ਨੂੰ ਜਾ ਕੇ ਕਹੀ ਜਿਹਦਾ ਮੈਨੂੰ ਬਹੁਤ ਲੰਮਾ ਸਮਾਂ ਬਾਅਦ ਚ ਲੱਗਾ ਪਤਾ ਕਿ ਲਖਵੀਰ ਉਦੋਂ ਮੈਨੂੰ ਜਿਆਦਾ ਢਿੱਲੋ ਹੀ ਕਹਿੰਦੇ ਸੀ ਲੋਦੀ ਨੰਗਲ ਤੇ ਕੱਟ ਕਹਿੰਦੇ ਸੀ ਵੀ ਉਹਨੂੰ ਬਲੱਡ ਕੈਂਸਰ ਹੋ ਗਿਆ ਆ ਤੇ ਉਹਨੂੰ ਟਿਕਟ ਦੇਣ ਦਾ ਫਾਇਦਾ ਕੋ ਨਹੀਂਗਾ ਕਿਉਂਕਿ ਉਹਦੀ ਲਾਈਫ ਥੋੜੀ ਆ ਇਹ ਕਿਤਰਾ ਦੀ ਚਾਲ ਸੀ ਮੈਨੂੰ ਇਹਦੇ ਬਾਰੇ ਨਹੀਂ ਕਦੀ ਮੈਂ ਸੋਚਿਆ ਵੀ ਕਦੀ ਆਪਾਂ ਇੰਨੀਆਂ ਘਟੀਆਂ ਗੱਲਾਂ ਵੀ ਜਿਹੜੀਆਂ ਨੇ ਪਾਰਟੀ ਦੇ ਪ੍ਰਧਾਨ ਕੋ ਜਾ ਕੇ ਇਸ ਲੈਵਲ ਦੇ ਲੀਡਰ ਕੋ ਝੂਠ ਮਾਰ ਸਕਦੇ ਆ ਚਲੋ ਮੈਨੂੰ ਟਿਕਟ ਨਾ ਮਿਲੀ ਲਾਸਟ ਮੂਮੈਂਟ ਤੇ ਮੈਂ ਉਦੋਂ ਪੁਰਾਣਾ ਫਰੀਗੜ ਚੂੜੀਆਂ ਤੇ ਕਾਦੀਆਂ ਦੋਨਾਂ ਦੇ ਵਿੱਚ ਪੇਪਰ ਫਾਈਲ ਕਰ ਦਿੱਤੇ ਵੀ ਮੈਂ ਇਲੈਕਸ਼ਨ ਲੜਨੀ ਹੈ 85 ਜਿਵੇਂ ਕਾਦੀਆਂ ਤੋਂ ਤੇ ਲੜੀ ਸੀ ਇਲੈਕਸ਼ਨ ਤੇ ਉਸ ਤੋਂ ਪਿੱਛੋਂ ਮੈਂ ਇਹ ਸਾਰਾ ਜਿਹੜਾ ਪੁਰਾਣਾ ਫਰੀਗਾ ਚੂੜੀਆਂ ਸੀ ਇਹਦੇ 'ਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਸਮਤੀਆਂ ਦੀਆਂ ਇਹ ਸਾਰੀਆਂ ਚੋਣਾਂ ਲੜੀਆਂ ਸੀ ਆਪਣੇ ਸਾਥੀਆਂ ਨਾਲ ਉਹਨਾਂ ਨੇ ਪ੍ਰੈਸ਼ਰ ਦਿੱਤਾ ਕਿ ਅਸੀਂ ਇੱਥੋਂ ਲੜਨੀ ਹੈ ਜੋ ਮਰਜ਼ੀ ਹੋ ਜੇ ਪਰ ਹਾਲਾਤ ਇਹ ਬਣੇ ਕਿ ਸਤਕਾਰਯੋ ਕਾਲੂ ਸਾਹਿਬ ਮੇਰੀ ਮਾਤਾ ਜਿਉਂਦੀ ਸੀ ਜਿਨੇ ਲੋਕਾਂ ਦੀ ਸਮਾਜ ਦੀ ਇੰਨੀ ਸੇਵਾ ਕੀਤੀ ਰਾਤ ਦਿਨ ਲੰਗਰ ਪਕਾ ਪਕਾ ਕੇ ਉਹਦੇ ਹੱਥ ਕੱਸ ਗਏ ਨੇ ਔਖੇ ਵੇਲੇਾਂ ਚ ਵੀ ਲੋਕਾਂ ਨੂੰ ਬਹੁਤ ਸੇਵਾ ਕੀਤੀ ਲੋਹ ਲੰਗਰ ਦੀ ਉਹਦੇ ਆਣ ਕੇ ਗੋਡਿਆਂ ਤੇ ਸਿਰ ਰੱਖ ਕੇ ਇਹਨਾਂ ਨੇ ਕਿਹਾ ਕਿ ਅਸੀਂ ਵਜਦੇ ਤਾਲਿਆਂ ਜੇ ਤੁਸੀਂ ਇਹਨੂੰ ਲਖਬੀਰ ਨੂੰ ਕਹੋ ਆਪਣੇ ਕਾਗਜ਼ ਵਾਪਸ ਲੈ ਉਧਰੋਂ ਬਾਦਲ ਸਾਹਿਬ ਦਾ ਪ੍ਰੈਸ਼ਰ ਸੀ ਤੇ ਉਧਰੋਂ ਇਹਨਾਂ ਨੇ ਕਿਹਾ ਕਿ ਅਸੀਂ ਔਰੇ ਸੱਚ ਗੱਲ ਆ ਕੋ ਮੰਨੇ ਨਾ ਮੰਨੇ ਜੀ ਮੈਂ ਉਸ ਵੇਲੇ ਕਾਗਜ਼ ਨਾ ਦੋਨਾਂ ਹਲਕਿਆਂ ਚੋਂ ਵਾਪਸ ਨਾ ਲੈਂਦਾ ਨਾ ਨੱਥਾ ਸੋ ਜਿੱਤਦਾ ਸੀ ਸੁਰਗਵਾਸੀ ਤੇ ਨਾ ਹੀ ਕਾਹਨੂੰ ਸਾਹਿਬ ਜਿੱਤ ਸੀ ਪੇ ਲੋੜ ਸੀ ਮੇਰੀ ਮਾਤਾ ਨੇ ਮੈਨੂੰ ਕਿਹਾ ਵੀ ਪੁੱਤ ਇੰਨਾ ਤੂੰ ਸਟ੍ਰਗਲ ਕੀਤਾ ਤੇ ਚੱਲ ਨਹੀਂ ਤੇ ਕੋਈ ਗੱਲ ਨਹੀਂ ਉਦੋਂ ਬਾਦਲ ਸਾਹਿਬ ਨੇ ਵੀ ਕਿਹਾ ਮੈਂ ਦੋ ਐਂਬੂਲੈਂਸੋਂ ਬਾਦ ਤੱਕ ਦਊਂਗਾ ਤੂੰ ਕਾਗਜ਼ਵਾਸ ਮੈਂ ਕਾਗਜ਼ ਵਾਪਸ ਲੈ ਲੇ ਲੇਕਿਨ ਅੱਜ ਕਿਹੜੇ ਇੱਕ ਐਸੇ ਹਾਲਾਤ ਬਣ ਗਏ ਕਿ ਤੁਸੀਂ ਦੋ ਟਰਮ ਤੋਂ ਲਗਾਤਾਰ ਬਟਾਲੇ ਤੋਂ ਇਲੈਕਸ਼ਨ ਲੜਦੇ ਪਏ ਮੌਜੂਦਾ ਐਮਐਲਏ ਵੀ ਉਹ ਉਸ ਵੇਲੇ ਦੇ ਐਮਐਲਏ ਕਿ ਜਦੋਂ ਕਿ ਜ਼ਿਲ੍ਹੇ ਦੇ ਵਿੱਚ ਕੋਈ ਵੀ ਅਕਾਲੀ ਦਲ ਦਾ ਜਿਹੜਾ ਕੈਂਡੀਡੇਟ ਨਹੀਂ ਜਿੱਤੇ ਪਿਛਲੀ ਇਲੈਕਸ਼ਨ 2017 ਦੀ ਗੱਲ ਕਰੀਏ ਤੇ ਤੇ ਅੱਜ ਕਿਹੜੇ ਐਸੇ ਹਾਲਾਤ ਆ ਕਿ ਤੁਸੀਂ ਫੇਰ ਵਾਪਸੀ ਫਤਿਹਗੜ ਚੂੜੀਆਂ ਤੋਂ ਰਿਪਰੈਜ਼ੈਂਟ ਕਰਨੀ ਗੱਲ ਆ ਉਹਦਾ ਦਰ ਸਰਕਾਰ ਨੇ ਆ ਕਿ ਇੱਕ ਦਿਮਾ ਬਟਾਲੇ ਚ ਆਊਟਸਾਈਡਰ ਵਜਦਾ ਮੈਂ ਜਿੱਤ ਗਿਆ ਬਾਬੇ ਨਾਨਕ ਦੀ ਕਿਰਪਾ ਨਾਲ ਕਿਉਂ ਗਏ ਹਰਾਉਣ ਦੀ ਤੇ ਮੈਨੂੰ ਤਾਂ ਕਮੀ ਸ਼ਹਿਰ ਵਾਲਿਆਂ ਕੋਈ ਕਸਰ ਨਹੀਂ ਛੱਡੀ ਤੁਹਾਨੂੰ ਪਤਾ ਹੀ ਆ ਸ਼ਹਿਰ ਦੇ 9 ਰੌਂਡਾਂ ਦੇ ਵਿੱਚ ਮੈਂ 9500 ਵੋਟ ਡਾਊਨ ਸੀ ਪਰ ਮੈਂ ਤੇ ਮੇਰੇ ਬੇਟਿਆਂ ਨੇ ਤੇ ਮੇਰੇ ਜਿਹੜੇ ਸincere ਸਾਥੀ ਸੀ ਅਸੀਂ ਵਿਉਂਤਬੰਦੀ ਇੱਦੀ ਕੀਤੀ ਸੀ ਕੈਲਕੂਲੇਸ਼ਨ ਕੀਤੀ ਸੀ ਕਿ ਸਾਨੂੰ ਇੰਨੀ ਵੋਟ ਸ਼ਹਿਰ ਚ ਚਾਹੀਦੀ ਆ ਉਹ ਕੁਗੀ ਆ ਗਿਆ ਉਹ ਵੀ ਸਰਦਾਰ ਸੀ ਸਰਦਾਰ ਨੂੰ ਵੋਟਾਂ ਜਿਹੜੀਆਂ ਨੇ ਤੁਹਾਨੂੰ ਪਤਾ ਇਹ ਪਾਉਂਦੇ ਨਹੀਂ ਬਟ ਉਹ ਆਰਟਿਸਟ ਸੀ ਉੱਧਰ ਬਨੇ ਜਿਹੜੇ ਸਾਡੇ ਗਰਮ ਦਿਆ ਲਈ ਸੀ ਜਿਹੜੇ ਆnde ਸੀ ਇਹ ਕਾਲੀਦਲ ਬਾਦਲ ਨੂੰ ਨਹੀਂ ਵੋਟਾਂ ਪਾਉਣੀਆਂ ਉਹਨਾਂ ਨੇ ਵੋਟ ਨਾ ਪਾਉਣ ਜਾਣਾ ਸੀ ਘਰ ਬਹਿ ਜਾਣਾ ਸੀ ਪਰ ਉਹਨਾਂ ਨੂੰ ਸਰਦਾਰ ਘੁੱਗੀ ਲੱਭ ਗਿਆ ਉਹਨਾਂ ਨੇ ਘੁੱਗੀ ਨੂੰ ਵੋਟਾਂ ਪਾਤੀਆਂ ਉਸ ਹਾਲਾਤ ਵਿੱਚ ਘੁੱਗੀ ਕਹਿੰਦਾ ਸੀ ਮੈਂ ਮੁੱਖ ਮੰਤਰੀ ਬਣਨਾ ਤੇ ਸ਼੍ਰੀ ਅਸ਼ੁਨੀ ਸ਼ੇਖੜੀ ਜੀ ਕਹਿੰਦੇ ਸੀ ਮੈਂ ਡਿਪਟੀ ਮੁੱਖ ਮੰਤਰੀ ਬਣਨਾ ਤੇ ਮੈਂ ਲੋਕਾਂ ਨੂੰ ਕਿਹਾ ਭਾਈ ਮੈਂ ਤੇ ਐਮਐਲਏ ਬਣਨਾ ਜੇ ਤੁਸੀਂ ਪਾ ਦਿਓਗੇ ਤੁਹਾਡੀ ਮਿਹਰਬਾਨੀ ਹੈ ਕਿਉਂਕਿ 12 ਜ ਤੁਸੀਂ ਵੇਖ ਲਿਆ ਮੈਂ 12 ਤੋਂ ਬਾਅਦ ਤੁਹਾਡੀ ਸੇਵਾ 'ਚ ਬੈਠਾ ਰਿਹਾ ਭਾਵੇਂ ਤੁਸੀਂ ਹਰਾਤਾ ਸੀ ਪਰ ਮੈਂ ਜਦੋਂ ਟਾਡੇ ਕੈਂਡੀਡੇ ਮੈਂ ਲੱਕ ਬੰਨ ਕੇ ਉਹਨਾਂ ਦੀ ਮਦਦ ਕੀਤੀ ਔਰ ਮੈਂ 12 ਚ ਹਰਿਆਮ 17 ਚ ਖੰਨੇ ਨੂੰ ਜਿਤਾਇਆ ਬਟਾਲੇ ਚ ਔਰ ਮੁੜ ਕੇ ਸਲਾਰੀਓਲੇ ਤੇ ਸਾਰੇ ਜਿਹੜੇ ਫਿਰ ਅਗਲੀ ਇਲੈਕਸ਼ਨ ਦੇ ਵਿੱਚ ਵੀ ਜਿਤਾਇਆ ਔਰ ਫਤੇਗੜ ਚੂੜੀਆਂ ਦੇ ਵਿੱਚ ਜੋਂ 12 ਤੋਂ ਹਾਰਨੇ ਸ਼ੁਰੂ ਹੋਏ ਨੇ ਨਾ ਕੋਈ ਪਾਰਲੀਮੈਂਟ ਜਿੱਤੇ ਨੇ ਨਾ ਕੋਈ ਸੰਮਤੀ ਜਿੱਤੇ ਨੇ ਨਾ ਕੋਈ ਜ਼ਿਲ੍ਹਾ ਪ੍ਰੀਸ਼ਦ ਜਿੱਤੇ ਨੇ ਨਾ ਕੋਈ ਸਰਪੰਚੀ ਜਿੱਤੇ ਨੇ ਮਤਲਬ ਸਾਰੇ ਦਾ ਸਾਰਾ ਹਲਕਾ ਜਿਹੜਾ ਡੈਂਪ ਕਰ ਦਿੱਤਾ ਜਿਹੜਾ ਬਹੁਤ ਵਧੀਆ ਪੰਥਕ ਦੇ ਕਾਲੀ ਹਲਕਾ ਆ ਇਸ ਹਾਲਾਤ ਦੇ ਵਿੱਚ ਪਾ ਟੀਵੀ ਸੋਚਦੀ ਆ ਵੀ ਇਹ ਇਸ ਤਰੀਕੇ ਦੇ ਨਾਲ ਗੱਲ ਜਿਹੜੀ ਹੋਈ ਆ ਇਹਨੂੰ ਦਰੁਸਤ ਕਰਨ ਦੇ ਵਿੱਚ ਹੀ ਫਾਇਦਾ ਇਹਨਾਂ ਦਾ ਹਲਕਾ ਡੇਰਾ ਬਾਬਾ ਨਾਨਕ ਸੀ ਇਹਨਾਂ ਨੂੰ ਡੇਰਾ ਬਾਬਾ ਨਾਨਕ ਰਹਿਣਾ ਚਾਹੀਦਾ ਸੀ ਅੱਜ ਵੀ ਡੇਰਾ ਬਾਬਾ ਨਾਨਕ ਦੇ ਵਿੱਚ ਉਹਨਾਂ ਦੀ ਰਿਸਪੈਕਟ ਆ ਵੱਡੇ ਕਾਲੋ ਸਾਹਿਬ ਜੀ ਕਿਉਂਕਿ ਉਹ ਉੱਥੇ ਕੰਮ ਵੀ ਕਰ ਰਿਹਾ ਸਾਰੇ ਜਾਣਦੇ ਜੀ ਮੀਟਿੰਗਾਂ ਵੀ ਕਰ ਰਿਹਾ ਦਫ਼ਤਰ ਵੀ ਉਹਨਾਂ ਦਾ ਉੱਥੇ ਆ ਉੱਥੇ ਉਹਨਾਂ ਦੀ 3 ਏਕੜ ਜ਼ਮੀਨ ਵੀ ਸ਼੍ਰੋਮਣੀ ਕਮੇਟੀ ਦੀ ਲੀਜ਼ ਤੇ ਲੈ ਕੇ ਸਕੂਲ ਵੀ ਆਈ ਉਦੋਂ ਦਾ ਖੋਲਿਆ ਔਰ ਉੱਥੇ ਹੀ ਉਹਨਾਂ ਦਾ ਕਾਰੋਬਾਰ ਆ ਬਾਕੀ ਰਹਿੰਦੇ ਉਹ ਅੰਮ੍ਰਿਤਸਰ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਉਹਨਾਂ ਗੱਲ ਸਿਰਫ ਇੰਨੀ ਆ ਕਿ ਅੱਜ ਪਾਰਟੀ ਦੇ ਵਿੱਚ ਸਿਰਫ ਆਪਣੇ ਹਲਕਿਆਂ ਦੇ ਕਬਜ਼ਾ ਕਰਨ ਦੀ ਦੌੜ ਆ ਇਹਦੂੰ ਵੱਧ ਪਾਰਟੀ ਪ੍ਰਤੀ ਹਿੱਤ ਐ ਨਹੀਂ ਕਿਸਦਾ ਅੱਜ ਪਾਰਟੀ ਦੇ ਪ੍ਰਤੀ ਹਿੱਤੇ ਚਾਹੀਦਾ ਕਿ ਆਪਾਂ ਪਾਰਟੀ ਦੀ ਸਰਕਾਰ ਕਿਵੇਂ ਬਣਾਉਣੀ ਐ ਜੇ ਆਪਾਂ ਨੂੰ ਸਾਰਿਆਂ ਨੂੰ ਛੱਡ ਕੇ ਹਲਕੇ ਨਵੇਂ ਬੰਦੇ ਖੜੇ ਕਰਕੇ ਸਰਕਾਰ ਬਣ ਸਕਦੀ ਐ ਤੇ ਸਾਨੂੰ ਇੰਨਾ ਕਿ ਸੈਕਰੀਫਾਈਜ਼ ਕਰਨ ਦੇ ਵਿੱਚ ਕੀ ਪ੍ਰੋਬਲਮ ਐ ਕਰਨੀ ਚਾਹੀਦੀ ਐ ਸਾਨੂੰ ਕਿ ਜੇ ਪਾਰਟੀ ਦੀ ਸਰਕਾਰ ਬਣ ਜੂ ਅਸੀਂ ਆਪਣੇ ਆਪ ਸਾਰੇ ਤੱਕੜੇ ਆ ਲਖਬੀਰ ਸਿੰਘ ਲੋਧੀਨਗਲ ਬਹੁਤ ਮੂਵ ਫਟਾ ਕਹਿੰਦੇ ਬਹੁਤ ਜਲਦੀ ਬੋਲ ਜਾਂਦਾ ਬਹੁਤ ਜਲਦੀ ਆਪਣੀ ਗੱਲ ਜਿਹੜੀ ਹੈ ਸਟ੍ਰੇਟ ਫਾਰਵਰਡ ਰੱਖ ਦਿੰਦਾ ਇਹ ਇਹ ਗੱਲ ਆਖਦੇ ਆ ਇਹ ਗੱਲ ਕਹੀ ਜਾਂਦੀ ਲੀਡਰਸ ਉਹ ਲੋ ਵੀ ਕਹੀ ਜਾਂਦੀ ਕਿ ਜੀ ਇਹ ਸੀਨੀਅਰਸ ਲੀਡਰ ਕਹਿੰਦੇ ਜੀ ਇਹ ਸਾਡੇ ਖਿਲਾਫ ਬਹੁਤ ਬੋਲਦਾ ਸਾਡੀ ਮੁਖਾਲਫਤ ਵੀ ਕਰਦਾ ਇਲੈਕਸ਼ਨਾਂ ਚ ਇਹ ਨਹੀਂ ਕਿ ਸੱਚ ਹੈ ਮੈਂ ਕਾਲਪੁਰਖ ਜਾਂਦਾ ਜਦੋਂ ਬੰਦਾ ਹਾਰ ਜਾਂਦਾ ਉਹ ਦੂਜੇ ਦਾ ਨਾਮ ਲਾਉਂਦਾ ਸਮਝ ਗਏ ਕਿ ਨਹੀਂ ਪਰ ਮੈਂ ਕਦੀ ਇਤਰਾ ਨਹੀਂ ਕਰਦਾ ਨਾ ਮੇਰਾ ਇਤਰਾ ਦੀ ਸੋਚ ਹੈ ਜੇ ਮੈਂ ਕਿਸੇ ਦੀ ਮੁਖਾਲਫਤ ਕਰੂੰਗਾ ਤੇ ਮੈਂ ਓਪਨਲੀ ਕਰੂੰਗਾ ਅੰਦਰ ਵੱੜ ਕੇ ਗੱਲ ਕਰਨ ਦੀ ਮੇਰੇ 'ਚ ਰੁਚੀ ਹੈ ਨਹੀਂ ਨਾ ਮੈਂ ਕਰ ਸਕਦਾ ਕਿਉਂਕਿ ਅੰਦਰ ਵੱੜ ਕੇ ਜਦੋਂ ਕਰਨਾ ਹੁੰਦਾ ਨਾ ਕਿਸੇ ਦੀ ਮੁਖਾਲਫਤ ਉਹ ਵਿਸ਼ਵਾਸ ਘਾਤ ਹੁੰਦਾ ਵਿਸ਼ਵਾਸ ਘਾਤ ਜਿਹੜਾ ਨਾ ਕਿਰਤ ਕਰਨ ਦਾ ਭਾਰ ਧਰਤੀ ਨਹੀਂ ਚਲਦੀ ਇਹ ਲੋਕ ਉਹ ਕਹਿੰਦੇ ਨਹੀਂ ਜਿਨ੍ਹਾਂ ਦੀ ਆਪਣੀ ਫਿਤਰਤ ਇਤਨਾਂ ਦੀ ਹੈ ਉਹ ਮਿਸਾਲ ਹੈ ਤੁਹਾਡੇ ਸਾਹਮਣੇ ਮੈਂ ਇਥੋਂ ਬਟਾਲੇ ਚਲੇ ਗਿਆ ਪਹਿਲੀ ਇਲੈਕਸ਼ਨ ਹਰ ਗਿਆ ਮੁੜ ਕੇ ਤੁਹਾਡੇ ਸਾਹਮਣੇ ਆਈ ਉਹਦੀ ਇਲੈਕਸ਼ਨ ਮਿਸਪਲਟੀ ਦੀ ਆਈ ਔਰ ਇਹਦੀ ਕਿਰਪਾ ਹੋਈ ਕਿ ਪੈਤਿਆਂ ਵਿੱਚੋਂ ਮੈਂ 18 ਜਿਹੜੀਆਂ ਨੇ ਉਹ ਸੀਟਾਂ ਦੇ ਕਬਜ਼ਾ ਕਰ ਗਿਆ ਤੇ ਇਹ ਸ਼੍ਰੀਮਾਨ ਜਿਹੜੇ ਨੇ ਇਹਦਾ ਕਾਲੂ ਸਾਹਿਬ ਦਾ ਜਿਹੜਾ ਫਰਜੰਦ ਆ ਉਹ ਮੇਰਾ ਇੱਕ ਬੰਦਾ ਚੁੱਕੇ ਲੈ ਗਿਆ ਇਹਨੂੰ ਕੀ ਪ੍ਰੋਬਲਮ ਸੀ ਉੱਥੇ ਉੱਥੇ ਚਾਹੀਦਾ ਸੀ ਇਹਨਾਂ ਨੂੰ ਜੋੜ ਦੇ ਕੇ ਲੋਦੀ ਨਗਰ ਨੂੰ ਮਜ਼ਬੂਤ ਕਰ ਦੇ ਪੀ ਇਹ ਪਿਛਾ ਨੂੰ ਫਦੇਗਾ ਟੂੜੀਆਂ ਵਾਲਾ ਵੇਖਣ ਇਹਨਾਂ ਨੂੰ ਇਹ ਤਾਂ ਪਤਾ ਸੀ ਫਦੇਗਾ ਟੂੜੀਆਂ ਹਲਕਾ ਦੇ ਮжоਰਿਟੀ ਉਹਦਾ ਪਿੰਡ ਆ ਉਹਦੇ ਹਲਕੇ ਦੇ ਪਿੰਡ ਨੇ ਫਿਰ ਅਸੀਂ ਇੱਥੇ 12 ਤੋਂ ਪਹਿਲਾਂ ਤੇ ਇੱਥੇ ਇਲੈਕਸ਼ਨਾਂ ਲੜਦੇ ਆ ਰਹੇ ਅਸੀਂ ਕਾਲੀ ਦਲ ਵੱਲੋਂ ਲੜਦੇ ਆ ਰਹੇ ਸਾਡੇ ਘਰ ਕਦੀ ਕਾਲੀਦਲ ਦਾ ਬਸਤਾ ਤੱਕ ਨਹੀਂ ਭੇਜਿਆ ਇਹਨਾਂ ਨੇ ਸਾਡੇ ਬੂਹੇਗੇ ਹਾਰਨ ਮਾਰ ਕੇ ਲੰਗਦੇ ਨੇ ਹੂਟਰ ਮਾਰ ਕੇ ਲੰਗਦੇ ਨੇ ਇਹਨਾਂ ਨੇ ਕਦੀ ਸੋਚ ਨਹੀਂ ਆਈ ਵੀ ਇਸ ਬੰਦੇ ਦੀ ਸਾਡੇ ਪ੍ਰਤੀ ਬੜੀ ਵੱਡੀ ਦੇਣ ਹੈ ਨੇ ਕਾਗਜ਼ ਵਾਪਸ ਲੈ ਕੇ ਸਾਨੂੰ ਕਾਲੀਦਲ ਵਿੱਚ ਜਿੰਦਾ ਕੀਤਾ ਤੇ ਸਾਡੇ ਆ ਜਿਹੜੇ ਵੱਡੇ ਵੱਡੇ ਕਾਰੋਬਾਰ ਚੱਲ ਰਹੇ ਨੇ ਉਦੋਂ ਦੇ ਚੱਲ ਰਹੇ ਨੇ ਜਦੋਂ ਦਾ ਇਹਨਾਂ ਨੂੰ 97 ਦੇ ਵਿੱਚ ਕਾਗਜ਼ ਵਾਪਸ ਲੈ ਕੇ ਜਿਤਾਇਆ ਤੇ ਇਹ ਮਨਿਸਟਰ ਬਣੇ ਤੇ ਮਨਿਸਟਰ ਬਣ ਕੇ ਜਿਸ ماں ਦੇ ਗੋਡਿਆਂ ਤੇ ਸਿਰ ਰੱਖ ਕੇ ਬੈਠੇ ਸੀ ਆ ਮਾਸਟਰ ਬਖਸ਼ੀਤ ਸਿੰਘ ਚੇਅਰਮੈਨ ਅੱਜ ਵੀ ਫਰੇਗੜ ਜਿਉਂਦੇ ਜਾਗਦੇ ਨੇ ਉਹਨਾਂ ਨੂੰ ਪੁੱਛ ਲੋ ਉਸੇ ਮਾਂ ਦੇ ਸਰਪੰਚੀ ਦੇ ਕਾਗਜ਼ਪਾਟ ਦੇ ਸਾਡੀ ਲੇਡੀ ਸੀਟ ਹੋ ਗਈ ਸੀ ਸਾਡੀ ਮੇਰੀ ਘਰਦੀ ਦੇ ਕਾਗਜ਼ਪਾਟ ਏਡਾ ਵੀ ਖਲਾਕ ਤੋਂ ਡਿੱਗੇ ਬੰਦੇ ਹੁੰਦੇ ਨੇ ਫਿਰ ਇਹ ਗੱਲ ਜੇ ਆਖਦੀ ਇਹ ਤੇ ਬਖਾਲਫਤ ਵਾਲੀ ਗੱਲ ਆ ਜੇ ਕੋਈ ਗਲਤ ਗੱਲ ਕਹਿਣਾ ਤੇ ਫਿਰ ਮੈਂ ਜਰੂਰ ਉਹਦਾ ਦੇਣਦਾਰ ਆ ਮੈਂ ਅੱਜ ਵੀ ਉਹਨਾਂ ਦਾ ਸਤਕਾਰ ਕਰਦਾ ਮੈਂ ਸਤ ਵਿੱਚ ਫੇਰ ਸਟੇਜ ਤੇ ਜਾ ਕੇ ਉਹਨਾਂ ਦੀ ਮਦਦ ਕਰਕੇ ਆਇਆ ਕਿਉਂਕਿ ਬਾਦਲ ਸਾਹਿਬ ਨੇ ਮੈਨੂੰ ਸੱਦ ਲਿਆ ਬਾਦਲ ਸਾਹਿਬ ਨੇ ਕਿਹਾ ਵੀ ਠੀਕ ਆ ਇਹ ਗੱਲ ਗਲਤ ਹੋਈ ਆ ਉਦੋਂ ਤੁਸੀਂ ਕਾਲੀ ਦਲ ਦੇ ਬੰਦੇ ਜੀ ਮੈਂ ਕਹਾਂ ਮੈਂ ਤੇ ਕਾਲੀ ਦਲ ਦਾ ਜੇ ਮੈਂ ਤੁਹਾਨੂੰ 97 ਤੋਂ ਬਾਅਦ 99 'ਚ ਮੈਨੂੰ ਕਾਂਗਰਸ 'ਚ ਜਦੋਂ ਜਾਣਾ ਪਿਆ ਜਦੋਂ ਮੇਰੇ ਸਾਰੇ ਸਰਪੰਚਾਂ 82 ਦੇ ਕਾਗਜ ਪਾੜਤੇ ਉਹਨਾਂ ਆਣ ਕੇ ਮੈਨੂੰ ਹੁਕਮ ਕੀਤਾ ਬਿਲੋਦੀ ਨਗਲ ਤੇਰੇ ਨਾਲ ਜੰਮੇ ਮਰੇ ਆਂ ਤੇਰੇ ਕਰਕੇ ਸਾਡੇ ਕਾਗਜ ਪਾਟੇ ਨੇ ਅਸੀਂ ਤੈਨੂੰ ਹੁਕਮ ਦਿੰਦੇ ਆ ਸਾਡੇ ਨਾਲ ਕਾਂਗਰਸ ਦੀ ਮਦਦ ਕਰ ਫਿਰ ਮੈਂ ਤਾਂ ਆਪਣੇ ਸਾਥੀਆਂ ਲਈ ਜਿਉਂਦਾ ਮਰਦਾ ਆ ਨਾ ਅੱਜ ਵੀ ਜੇ ਫਤੇ ਕੱਢਦੇ ਫਿਰਦਾ ਇਸੇ ਕਰਕੇ ਉਹਨਾਂ ਨੂੰ ਪਤਾ ਉਹ ਜਿਹਦੇ ਨਾਲ ਖਲੋਤਾ ਹੈ ਉਹ ਖਲੋਤਾ ਉਹਨੂੰ ਪਿਛਾ ਨਹੀਂ ਦਿੰਦਾ ਐਵੇਂ ਮੇਰੀ ਕੁਆਲਿਟੀ ਹੋ ਰਾਇ ਕੋ ਨਹੀਂ ਦੋ ਦਿਨ ਪੁਰਾਣੇ ਤੇ ਤਿੰਨ ਦਿਨ ਪੁਰਾਣੇ ਜਿਹੜੀ ਮੀਟਿੰਗ ਹੋਈ ਹੈ ਤੁਹਾਡੀ ਹੁਠੀਆਂ ਸਾਹਿਬ ਉਥੋਂ ਦੇ ਵਰਡਸ ਤੁਹਾਨੂੰ ਤੁਹਾਡੇ ਹੀ ਵਰਡਸ ਜਿਹੜੇ মিডিਆ ਨੂੰ ਤੁਸੀਂ ਕਹੇ ਆ ਉਹ ਵੀ ਮੈਂ ਰਿਪੀਟ ਕਰਨ ਲੱਗਾ ਤੁਸੀਂ ਕਿਹਾ ਕਿ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੰਨਾ ਔਰ ਜੇ ਮੁੱਖ ਮੰਤਰੀ ਬੰਨਾ ਤਾਂ ਫਿਰ ਟਿਕਟਾਂ ਦੀ ਚੋਣ ਜਿਹੜੀ ਆ ਉਹ ਸਹੀ ਢੰਗ ਨਾਲ ਹੋਵੇ ਚਾਹੇ ਉਹ ਮੈਨੂੰ ਵੀ ਨਾ ਮਿਲੇ ਚਾਹੇ ਉਹ ਕਿਸੇ ਨੂੰ ਵੀ ਨਾ ਮਿਲੇ ਇਹ ਚੀਜ਼ ਤੁਸੀਂ ਕਹੀ ਦੂਸਰੇ ਵਰਡ ਨਿਰਮਲ ਸਿੰਘ ਕਾਲੋਂ ਜਿਨ੍ਹਾਂ ਦੀ ਤੁਸੀਂ ਜ਼ਿਕਰ ਕੀਤਾ ਕਿ ਡੇਰੇ ਮੀਟਿੰਗਾਂ ਕਰਦੇ ਪਏ ਉਹਨਾਂ ਦੇ ਵਰਡਸ ਡੇਰੇ ਤੋਂ ਹੀ ਮੈਨੂੰ ਕੁਝ ਰਿਪੋਰਟਰਸ ਨੇ ਭੇਜੇ ਜਿਹੜੇ ਮੈਂ ਪਲੇ ਆਨ ਵੀ ਕੀਤੇ ਟੀਵੀ ਤੇ ਉਹਦੇ ਵਿੱਚ ਉਹ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਮੈਨੂੰ ਦੋ ਟਿਕਟਾਂ ਤੇ ਸੁਖਬੀਰ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਨੇ ਹਾਂ ਕੀਤੀ ਹੈ ਮੈਨੂੰ ਕਿਹਾ ਕਿ ਤੂੰ ਜਾ ਕੇ ਡੇਰੇ ਨੂੰ ਤਿਆਰੀ ਕਰ ਔਰ ਫਤਿਹਗੜ ਚੂੜੀਆਂ ਤੋਂ ਮੇਰੇ ਬੇਟੇ ਨੂੰ ਹਾਂ ਹੋ ਚੁੱਕੀ ਹੈ ਹੁਣ ਤੁਸੀਂ ਕੀ ਸਮਝਦੇ ਹੋ ਇਹ ਦੋਵੇਂ ਵਰਡਸ ਨੂੰ ਕਿਵੇਂ ਦੇਖਦੇ ਹੋ ਦੱਸ ਇਸ ਤਰ੍ਹਾਂ ਦੀ ਵੀ ਵੇਖੋ ਮੈਂ ਇੱਥੇ ਤੁਹਾਨੂੰ ਬੈਠਿਆ ਕਹਿ ਦਵਾ ਕਿ ਮੈਂ ਆਪਣੇ ਮੁੰਡੇ ਨੂੰ ਹੁਣ ਬਟਾਲੋਂ ਲੜਾ ਲੈਣਾ ਤੇ ਮੈਂ ਇਥੋਂ ਲੜਨਾ ਆ ਮਤਲਬ ਇਹ ਤੇ ਮੇਰੀ ਜਿਹੜੀ ਅਕਲ ਦੀ ਕੁਆਲਿਟੀ ਆ ਨਾ ਉਹ ਲੋਕ ਉਸ ਵੇਲੇ ਸਮਝ ਜਾਂਦੇ ਆ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਦੋ ਲੜਨੀ ਆ ਤੇ ਫਿਰ ਮੈਂ ਕਦੋਂ ਇਹਨਾਂ ਨੂੰ ਕਿਹਨਾ ਨਾ ਦੋ ਲੜਨ ਮੇਰੇ ਵੱਲੋਂ ਤੇ ਮੈਂ ਤੇ ਇਹ ਗੱਲ ਕਹੀ ਆ ਵੀ ਪਾਰਟੀ ਪ੍ਰਧਾਨ ਸਦਾ ਸੁਖਬੀਰ ਸਿੰਘ ਜੀ ਬਾਦਲ ਨੇ ਸਰਕਾਰ ਬਣਾਉਣੀ ਆ ਉਹਨਾਂ ਮੁੱਖ ਮੰਤਰੀ ਬਣਨਾ ਆ ਮੁੱਖ ਮੰਤਰੀ ਬਣਨ ਵਾਸਤੇ ਆਪਣੇ ਐਮਐਲਏ ਬੜੇ ਜਾਣੇ ਜਿਤਾਣੇ ਜ਼ਰੂਰੀ ਆ ਇਹ ਜਿੱਤਣ ਵਾਲਿਆਂ ਨੂੰ ਨਾ ਟਿਕਟਾਂ ਦੇਣੀਆਂ ਨੇ ਨਾ ਉਹਨਾਂ ਲੋਦੀ ਨੰਗਲ ਨੂੰ ਵੇਖਣਾ ਨਾ ਉਹਨਾਂ ਕਿਸੇ ਹੋਰ ਨੂੰ ਵੇਖਣਾ ਉਹਨਾਂ ਵੇਖਣਾ ਵੀ ਲੋਕਾਂ ਦੇ ਵਿੱਚ ਕਿਸ ਬੰਦੇ ਦੀ ਸ਼ਾਕ ਠੀਕ ਹੈ ਤੇ ਕਿਹਨੂੰ ਲੋਕ ਐਮਐਲਏ ਬਣਾ ਦੇਣਗੇ ਇੱਕ ਇਹ ਪਹਿਲਾ ਨਿਸ਼ਾਨਾ ਆ ਪਾਰਟੀ ਦਾ ਇਸ ਨਿਸ਼ਾਨੇ ਨੂੰ ਪੂਰਾ ਕਰਨ ਵਾਸਤੇ ਮੈਂ ਕਿਹਾ ਜੇ ਸਾਨੂੰ ਸਾਰੇ ਗਰਦਾਸਪੁਰ ਦੇ ਪੁਰਾਣੇ ਬੰਦਿਆਂ ਨੂੰ ਭਾਵੇਂ ਅਸੀਂ ਜਿੱਤੇ ਆ ਭਾਵੇਂ ਹਾਰੇ ਆ ਜੇ ਸਾਡੀ ਜਗ੍ਹਾ ਕੋਈ ਬੈਸਟ ਹੋਰ ਕੈਂਡੀਡੇਟ ਲੋਕਾਂ ਚ ਪਪੂਲਰ ਲੱਭ ਸਕਦੇ ਹੋਣ ਤੇ ਮੈਂ ਅੱਜ ਵੀ ਇਹ ਕਹਿਣਾ ਕਿ ਪਾਰਟੀ ਦੇ ਹਿਤ ਵਾਸਤੇ ਉਹਨਾਂ ਲੋਕਾਂ ਨੂੰ ਜ਼ਰੂਰ ਜਿਤਾਉਣਾ ਚਾਹੀਦਾ ਲਿਆਉਣਾ ਚਾਹੀਦਾ ਤਾਂ ਕਿ ਪਾਰਟੀ ਦਾ ਅਕਸ ਸਾਫ਼ ਸੁਥਰਾ ਜਿਹੜਾ ਗੰਦਾ ਹੋ ਗਿਆ ਕਈਆਂ ਤਰ੍ਹਾਂ ਦੇ ਨਾਲ ਗੰਦਾ ਹੋ ਗਿਆ ਤੁਸੀਂ ਪਿਛਲੇ ਕੈਂਡੀਡੇਟਾਂ ਦੇ ਪਿਛਲੇ ਲੀਡਰਾਂ ਦਾ ਜੋ ਇੱਥੇ ਹਾਲ ਬਣਿਆ ਪਿਆ ਆ ਚਾਹੇ ਉਹ ਕ腐ਸ਼ਨ ਦਾ ਬਣਿਆ ਪਿਆ ਜਾਂ ਉਹ ਕੈਰੇਕਟਰ ਤੋਂ ਬਣਿਆ ਪਿਆ ਜਾਂ ਹੋਰ ਕਿਸੇ ਗੱਲਾਂ ਤੋਂ ਬਣਿਆ ਪਿਆ ਮੈਂ ਸਮਝਦਾ ਕਿ ਪਾਰਟੀ ਦਾ ਅਕਸ ਠੀਕ ਹੋਣਾ ਚਾਹੀਦਾ ਤਾਂ ਕਿ ਸਟੇਜ ਦੇ ਉੱਤੇ ਬਾਹ ਕੱਢ ਕੇ ਸਰਸਕ ਵੀਰ ਸਿੰਘ ਬਾਦਲ ਵੀ ਕਹੇ ਕਿ ਮੈਂ ਆ ਸਾਫ ਸੁਥਰੇ ਐਕਸ ਵਾਲਾ ਬੰਦਾ ਜਿਹੜਾ ਤੁਹਾਨੂੰ ਟਾਡੇ ਹਲਕੇ ਜਿੱ ਦਿੱਤਾ ਆ ਤੁਸੀਂ ਇਹਦੇ 'ਚ ਕੋਈ ਨੁਕਸ ਕੱਢ ਕੇ ਦਿਖਾਓ ਜੇ ਇਹਨੇ ਕੋਈ ਠੱਗੀ ਮਾਰੀ ਆ ਜੇ ਇਹਨੇ ਕੋਈ ਬਹੁਤ ਲੁੱਟਮਾਰ ਕਰਕੇ ਜਾਇਦਾਦ ਇਕੱਠੀ ਕੀਤੀ ਆ ਤੇ ਮੈਨੂੰ ਦੱਸੋ ਮੈਂ ਇਹਨੂੰ ਟਿਕਟ ਨਹੀਂ ਦਿੰਦਾ ਮੈਨੂੰ ਕਿਸੇ ਨੂੰ ਟਿਕਟ ਦੇਣ 'ਚ ਕੋਈ ਇਤਰਾਜ਼ ਨਹੀਂ ਬਟ ਮੇਰੇ ਮਨ ਵਿੱਚ ਸਿਰਫ ਇਨੀ ਗੱਲ ਆ ਕਿ ਜੇ ਅੱਜ ਵੀ ਸਾਡੀ ਪਾਰਟੀ ਦੀ ਸਰਕਾਰ ਨਹੀਂ ਬਣਦੀ ਸਾਡੀ ਪਾਰਟੀ ਬਹੁਤ ਪਿੱਛੇ ਚਲੇ ਜਾਏਗੀ ਔਰ ਬਾਦਲ ਫੈਮਲੀ ਦਾ ਬਹੁਤ ਵੱਡਾ ਲਾਸ ਹੋਏਗਾ ਇਸ ਗੱਲ ਦਾ ਦਰਦ ਲੈ ਕੇ ਮੈਂ ਇਹ ਗੱਲ ਕਹਿ ਦਿੰਦਾ ਜਦੋਂ ਮੈਂ ਕਿਹਾ ਵੀ ਮੈਨੂੰ ਵੀ ਵਿੱਚੇ ਰੱਖ ਲੋ ਤੇ ਫਿਰ ਮੈਂ ਇਹ ਤੋਂ ਵੱਧ ਹੋਰ ਕੀ ਕਹਿ ਸਕਦਾ ਫਿਰ ਮੈਂ ਸੈਲਫਿਸ਼ ਤੇ ਹੈ ਨਹੀਂ ਖੁਦਗਰਜ ਤੇ ਹੈ ਨਹੀਂ ਮੈਂ ਤੇ ਪਾਰਟੀ ਦੇ ਹਿੱਤ ਦੀ ਗੱਲ ਕਰਦਾ ਨਾ ਵੀ ਪਾਰਟੀ ਜਿਹੜੀ ਆ ਉਹਨੂੰ ਬਚਾਉਣ ਵਾਸਤੇ ਜਿੰਨਾ ਚਿਰ ਇਹ ਪੁਰਾਣੀ ਲੀਡਰਸ਼ਿਪ ਜਿੰਨੇ ਸਾਡੇ ਜ਼ਿਲ੍ਹੇ ਦੇ ਵਿੱਚ ਸੈਕੰਡ ਲਾਈਨ ਮਾਰ ਦਿੱਤੀ ਆ ਜਿੰਨਾ ਚਿਰ ਇਹਨਾਂ ਨੂੰ ਬਦਲ ਕੇ ਵਧੀਆ ਬੰਦੇ ਨਹੀਂ ਲਿਆਂਦੇ ਜਾਂਦੇ ਉਨਾ ਚਿਰ ਪਾਰਟੀ ਜਿਹੜੀ ਆ ਉਹਨੂੰ ਤਕੜਾ ਕਰਨ ਵਿੱਚ ਸਾਨੂੰ ਮੁਸ਼ਕਲਾਂ ਆਉਂਦੀਆਂ ਨੇ। ਲੁਦੀਨਗਰ ਸਾਹਿਬ ਇਹ ਤੇ ਹੋ ਗਈ ਕਿ ਪਾਰਟੀ ਤੇ ਅਕਸ ਨੂੰ ਵੀ ਸਾਫ਼ ਕਰਨ ਦੀ ਗੱਲ ਕਹਿਤੀ ਫਤਿਹਗੜ ਚੂੜੀਆਂ ਤੋਂ ਰਿਪਰੈਜ਼ੈਂਟੇਸ਼ਨ ਦੀ ਵੀ ਤੁਸੀਂ ਗੱਲ ਕਰ ਲਈ। 10 ਸਾਲ ਤੋਂ ਮੈਂ ਇਹ ਕਹਾਂਗਾ ਜੇ ਮੈਂ ਵੀ ਵਰਡ ਯੂਜ਼ ਕਰਾਂਗਾ ਜੋ ਮੈਂ ਵੇਖਦਾ ਪਿਆ ਲੁਦੀਨਗਰ ਪਿੰਡ ਫਤਿਹਗੜ ਚੂੜੀਆਂ ਦਾ ਘਰ ਤੁਹਾਡਾ ਫਤਿਹਗੜ ਚੂੜੀਆਂ ਘਰ ਛੱਡ ਕੇ ਤੁਸੀਂ ਦਫ਼ਤਰ ਬਣਾ ਲਿਆ ਬਟਾਲੇ ਦੇ ਵਿੱਚ। ਉਹਨੂੰ 10 ਸਾਲ ਦਾ ਜਿਹੜਾ ਟਾਈਮ ਲੋਕਾਂ ਦਾ ਬਟਾਲੇ ਨੂੰ ਵਿਉਂਤ ਬਣਾਈ ਜਾਂ ਅਕਾਲੀ ਦਲ ਜਿੱਤੇ ਪਾਜ ਬਾਦਾਂ ਹਲਕਾ ਸੀ ਤੇ ਕਾਲੀ ਦਲ ਨੇ ਆਪਣੀ ਥਾਂ ਬਣਾਈ ਜਿੱਤ ਹਾਸਲ ਕਰਕੇ ਉਹਦਾ ਕੀ ਸੋਚਦੇ ਹੋ ਫਿਰ ਨਹੀਂ ਮੈਂ ਵਖੋ ਬਟਾਲੇ ਦੇ ਵਿੱਚ ਸਾਰੇ ਲੋਕਾਂ ਦਾ ਬਹੁਤ ਸਤਿਕਾਰ ਕਰਦਾ ਭਾਵੇਂ ਮੈਨੂੰ ਕੋਈ ਵੋਟਾਂ ਪਾਉਂਦਾ ਨਹੀਂ ਪਾਉਂਦਾ ਅੱਜ ਵੀ ਜਾ ਕੇ ਤੁਸੀਂ ਵੇਖੋ ਐਜ਼ ਇਹ ਲੋਦੀ ਨੰਗਲ ਮੈਨੂੰ ਸਾਰੇ ਭਾਵੇਂ ਉਹ ਮੇਰੇ ਹਿੰਦੂ ਕਮਿਊਨਿਟੀ ਦੇ ਵੀਰ ਨੇ ਭਾਵੇਂ ਕੋਈ ਦੂਸਰੀਆਂ ਕਮਿਊਨਟੀਆਂ ਦੇ ਵੀਰ ਨੇ ਨਾ ਤੇ ਮੈਂ ਕਦੀ ਉੱਥੇ ਬਹਿ ਕੇ ਕਿਸੇ ਨੂੰ ਕਿਦੀ ਜਾਤ ਪਾਤ ਧਰਮਵਾਦ ਦੀ ਗੱਲ ਹੀ ਨਹੀਂ ਕੀਤੀ ਉਹ ਜੋ ਮਰਜ਼ੀ ਕਰਦੇ ਰਹੇ ਨੇ ਵੀ ਪੱਗ ਦਾੜੀ ਵਾਲੇ ਆ ਸੀ ਇਹਨਾਂ ਨੂੰ ਵੋਟ ਨਹੀਂ ਪਾਉਂਦੇ ਸਾਰੇ ਬੰਦੇ ਕਮਿਊਨਲ ਨਹੀਂ ਹੁੰਦੇ ਸਾਰੀਆਂ ਪਾਰਟੀਆਂ 'ਚ ਉਹਨਾਂ ਦੇ ਵਿੱਚ ਵੀ ਕਮਿਊਨਲ ਆ ਗਿਆ ਸਾਡੇ ਲੋਕ ਵੀ ਕੀ ਕਟੜਾ ਹੈ ਗਿਆ ਬਟ ਇਹ ਤੇ ਬੰਦੇ ਦੀ ਆਪਣੀ ਆਪਣੀ ਸੋਚ ਆ ਬਟ ਜਿੱਥੋਂ ਤੱਕ ਪੋਲਿਟੀਕਲ ਤਲਕਿਆ ਪੋਲਿਟਿਕਸ ਦੇ ਵਿੱਚ ਜਿਹੜਾ ਬੰਦਾ ਇਸ ਤਰ੍ਹਾਂ ਦੀ ਸੋਚ ਰੱਖਦਾ ਮੈਂ ਸਮਝਦਾ ਉਹਨੂੰ ਪੋਲਿਟਿਕਸ ਦੇ ਵਿੱਚ ਆਉਣਾ ਨਹੀਂ ਚਾਹੀਦਾ ਔਰ ਲੋਕਾਂ ਨੂੰ ਐਸੇ ਬੰਦੇ ਨੂੰ ਵੋਟਾਂ ਨਹੀਂ ਪਾਉਣਾ ਚਾਹੀਦੀਆਂ ਜਿਹੜਾ ਕਟੜਵਾਦ ਦੀ ਗੱਲ ਜਾਂ ਕਮਿਊਨਲ ਗੱਲ ਕਰਦਾ ਉਹ ਬਿਲਕੁਲ ਰੂਲਿੰਗ ਗਵਾਸਤੇ ਫਿੱਟ ਨਹੀਂ ਕਿਉਂਕਿ ਇਹ ਸਾਰੇ ਲੋਕਾਂ ਦਾ ਸਮਾਜ ਸਾਂਝਾ ਆ ਇੱਥੇ ਸਾਰਿਆਂ ਨੂੰ ਬਰਾਬਰਤਾ ਦੇ ਨਾਲ ਮਾਣ ਸਤਿਕਾਰ ਤੇ ਹੱਕ ਹੁਕ ਦੇਣ ਦੀ ਲੋੜ ਆ ਹਲਕਾ ਬਟਾਲੇ ਦੇ ਵਿੱਚ ਕੌਣ ਰਿਪਰੈਜ਼ੈਂਟ ਕਰੇਗਾ ਦੇਖੋ ਹਲਕਾ ਬਟਾਲਾ ਵੇਖੋ ਜਦੋਂ ਅੱਜ ਤੁਸੀਂ ਵੇਖੋ ਸੁਖਬੀਰ ਸਿੰਘ ਬਾਦਲੋਨੀ ਪਿਛਲੇ ਤੋਂ ਜਲਾਲਾਬਾਦ ਤੋਂ ਲੜ ਰਹੇ ਨੇ ਹੁਣ ਉੱਥੇ ਹੈਗੇ ਸੀ ਸਾਡੇ ਸ਼ੇਖੋਂ ਸਾਹਿਬ ਉਹ ਪਿਛਲੀ ਵਾਰਾ ਉੱਥੇ ਦੂਸਰੀ ਕਾਂਸੀ ਚੋਣ ਸੀ ਚਲੇ ਗਿਆ ਸੀ ਕਿਉਂ ਕਿ ਲਿਆ ਸੀ ਉਦੋਂ ਉਹਨਾਂ ਨੂੰ ਪਤਾ ਸੀ ਕਿ ਇਹ ਫਲਾਣੇ ਤੋਂ ਜਿੱਤ ਸਕਦੇ ਆ ਉਥੋਂ ਉਦੋਂ ਜਿੱਤ ਗਿਆ ਸੀ ਹੁਣ ਅੱਜ ਫਤਿਹਗੜ ਚੂੜੀਆਂ ਤੋਂ ਮੈਂ ਲਾਂਬੇ ਨਹੀਂ ਗਿਆ ਮੈਂ ਤਾਂ ਫਤਿਹਗੜ ਚੂੜੀਆਂ ਦੇ ਵਿੱਚ ਹੀ ਆ ਵੇਖੋ ਮੈਂ ਇੱਥੇ ਸ਼ਾਮ ਨੂੰ ਰਾਤ ਨੂੰ ਆ ਜਾਣਾ ਸਵੇਰੇ ਮੈਂ 10 11 ਵਜੇ ਇੱਥੋਂ ਫਤਿਹਗੜ ਵਾਲੇ ਲੋਕਾਂ ਨੂੰ ਸਾਰਿਆਂ ਨੂੰ ਅਟੈਂਡ ਕਰਕੇ ਤੇ ਮੈਂ ਫੇਰ ਉੱਥੇ ਚਲੇ ਜਾਣਾ ਮਤਲਬ ਮੈਂ ਤਾਂ ਇੱਕ ਇੱਕ ਦਫ਼ਤਰ ਵਾਂਗੂ ਸਾਰੀ ਦੀ ਸਾਰੀ ਡਿਊਟੀ ਜਿਹੜੀ ਆ ਆਪਣੇ ਪਿੰਡ ਵੀ ਦੇਣਾ ਹੈ ਤੇ ਉੱਥੇ ਵੀ ਦੇਣਾ ਹੈ ਇਹ ਉਹਦਾ ਹੀ ਕਾਰਨ ਹੈ ਵੀ ਲੋਕ ਮੇਰੇ ਨਾਲ ਫਰੇਗੜ ਦੇ ਪੂਰੇ ਅਟੈਚ ਨੇ ਅੱਜ ਸਾਰੇ ਇੱਕ ਆਵਾਜ਼ ਮਾਰਨ ਤੇ ਕਿੰਨੇ ਸਰਪੰਚ ਇਕੱਠੇ ਹੋ ਜਾਂਦੇ ਆ ਮੈਂ ਹੂਠੀਆਂ ਗੁਰੂ ਮਹਾਰਾਜ ਦੇ ਅਰਦਾਸ ਜਿਹੜੀ ਆ ਸ਼ੁਕਰਾਨਾ ਕਰਨ ਗਿਆ ਸੀ ਕਿਉਂਕਿ ਫਰੇਗੜ ਚੂੜੀਆਂ ਦੇ ਤਕਰੀਬਨ 100 150 ਬੰਦੇ 200 ਨੇ ਇਕੱਠੇ ਹੋ ਕੇ ਬਾਬਾ ਜਗੇ ਅਰਦਾਸ ਕੀਤੀ ਸੀ ਕਿ ਸੱਚੇ ਪਾਤਸ਼ਾਹ ਉਹਨਾਂ ਦੇ ਉੱਤੇ ਕਸ਼ਟ ਆਇਆ ਪਿਓ ਪੋਤਾਂ ਦੇ ਉੱਤੇ ਤੇ ਉਹਨਾਂ ਨੂੰ ਤੰਦਰੁਸਤੀ ਬਖਸ਼ ਤੇ ਅਸੀਂ ਤੇਰੇ ਕੋਲ ਉਹਨਾਂ ਨੂੰ ਨਾਲ ਲੈ ਕੇ ਸ਼ੁਕਰਾਨੇ ਦੀ ਅਰਦਾਸ ਕਰਾਂਗੇ ਤੁਸੀਂ ਵੇਖਿਆ ਵੀ ਮੈਂ ਕੋਈ ਸੁਨਾਹ ਦਿੱਤਾ ਮੈਂ ਕੋਈ ਇਸ਼ਤਿਹਾਰ ਦਿੱਤਾ ਮੈਂ ਕੋਈ ਲੋਕਾਂ ਨੂੰ ਕਿਹਾ ਤੇਰੇ ਸਾਹਮਣੇ ਉਥੇ 4000 ਤੋਂ ਵੱਧ ਬੰਦਾ ਇਕੱਠਾ ਹੋ ਗਿਆ ਇੱਕੇ ਦਿਨ ਤੁਸੀਂ ਖਬਰ ਲਾਈ ਜਿੱਦਣ ਸਵੇਰੇ ਮੈਂ ਉਥੇ ਜਾਣਾ ਸੀ ਰਾਤ ਸਵੇਰੇ ਖਬਰ ਆਈ ਉਦਣ ਹੀ ਮੈਨੂੰ ਤੇ ਪਤਾ ਵੀ ਨਹੀਂ ਸੀ ਵੀ ਖਬਰ ਆਈ ਆ ਤੇ ਤੁਹਾਡੇ ਸਾਹਮਣੇ ਉਥੇ ਜੇ ਮੈਂ ਪ੍ਰਬੰਧ ਕਰਦਾ ਤੇ ਜੇ ਦੂਜਿਆਂ ਵਾਂਗੂ ਮੈਂ ਕੁਰਸੀਆਂ ਲਾ ਦਿੰਦਾ ਤੇ ਉਹ ਉਹ ਦੋ ਕਿਲਿਆਂ ਦੇ ਵਿੱਚ ਉਹ ਕੁਰਸੀਆਂ ਲੱਗ ਜਾਣੀਆਂ ਸੀ ਪਰ ਨਹੀਂ ਮੈਂ ਤਾਂ ਉਥੇ ਗੁਰੂ ਘਰ ਗਿਆ ਸ਼ੁਕਰਾਨਾ ਕਰਨ ਵਾਸਤੇ ਤੇ ਮੇਰਾ ਤੇ ਉਹ ਗੁਰੂ ਦਾ ਸ਼ੁਕਰਾਨਾ ਕਰਨਾ ਫਰਜ਼ ਬੰਦਾ ਸੀ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਤੰਦਰੁਸਤੀ ਮਿਲੀ ਸੀ ਤੇ ਉਹਨੂੰ ਆਟੋਮੈਟਿਕਲੀ ਇਹ ਪੋਲਿਟੀਕਲ ਆदमी ਦੇ کارਖਾਨਾ ਪੜਦਾ ਭੂਗੋ ਵੀ ਉਹ ਵੀ politcal ਸੋਚਿਆ ਜਾਂਦਾ ਔਰ ਲੋਕਾਂ ਦੀਆਂ ਭਾਵਨਾਵਾਂ ਸੀ ਫਿਰ ਮੈਨੂੰ ਉੱਥੇ ਕਹਿਣਾ ਪਿਆ ਕਿ ਮੈਂ ਅੱਜ ਐਸ ਕੰਮ ਲਈ ਆਇਆ ਇਹ ਜਦੋਂ ਮੈਨੂੰ ਪਾਰਟੀ ਹੁਕਮ ਕਰੂਗੀ ਪਾਰਟੀ ਨੂੰ ਮੇਰੀ ਇੱਥੇ ਦੀ ਪੋਜੀਸ਼ਨ ਦਾ ਪਤਾ ਹੈ ਇੱਥੇ ਮੇਰੀ ਜਿਹੜੀ ਰੈਲੀ ਕੀਤੀ ਸੀ ਅੱਜ ਵੀ ਬਾਦਲ ਸਾਹਿਬ ਮੈਨੂੰ ਕਹਿ ਦਿੰਦੇ ਆ ਕਾਕਾ ਤੂੰ ਉਹੋ ਜੀ ਰੈਲੀ ਇੱਕ ਫੇਰ ਕਰ ਜਿਹੜੀ ਮੈਂ ਅਡੇ ਦੇ ਉੱਤੇ ਕੀਤੀ ਸੀ ਉਦੋਂ ਵੀ ਅਜੇ ਸਰਕਾਰ ਕਾਂਗਰਸ ਦੀ 4 ਮਹੀਨੇ ਨਹੀਂ ਦਿੱਤੀ ਜਦੋਂ ਮੈਂ ਰੈਲੀ ਨਵੰਬਰ ਚ ਕੀਤੀ ਸੀ ਨੁਸਾਰੀਆਂ ਉਹ ਗੱਲਾਂ ਯਾਦ ਨੇ ਅੱਜ ਵੀ ਮੈਨੂੰ ਇਹ ਵੀ ਯਾਦ ਹੈ ਕਿ ਉਦੋਂ ਲਖਬੀਰ ਸਿੰਘ ਲੋਧੀ ਨੰਗਲੋਂ ਅਨਾਉਂਸ ਵੀ ਕੀਤਾ ਗਿਆ ਸੀ ਕਿ ਇਹ ਤੇ ਪੰਜਾਬ ਵਿੱਚ ਪਹਿਲੀ ਟਿਕਟ ਜਿਹੜੀ ਬਾਦ ਸਾਹਿਬ ਅਨਾਉਂਸ ਕਰਕੇ ਗਿਆ ਸੀ ਔਰ ਅੱਜ ਵੀ ਜਦੋਂ ਮੈਨੂੰ ਪਾਰਟੀ ਹੁਕਮ ਕਰੂਗੀ ਮੈਂ ਉਸ ਰੈਲੀ ਨਾਲੋਂ ਦੋ ਗੁਣਾ ਵੱਡੀ ਫੇਰ ਰੈਲੀ ਕਰਾਂਗਾ ਔਰ ਜੋ ਲੋਕਾਂ ਦੇ ਮਨਾਂ ਦੀਆਂ ਭਾਵਨਾਵਾਂ ਨੇ ਜੋ ਲੋਕ ਚਾਹੁੰਦੇ ਨੇ ਤੁਸੀਂ ਆਪ ਵੀ ਕਈਆਂ ਸਰਪੰਚਾਂ ਦੀ ਗੱਲ ਕਰ ਰਹੇ ਜੀ ਹੁਣ ਵੀ ਜਾ ਕੇ ਤੁਸੀਂ ਲੋਕਾਂ ਦੇ ਕੋਲੋਂ ਕਿਸੇ ਪਿੰਡ ਵਿੱਚ ਵੀ ਚੱਲ ਜੋ ਲੋਕ ਇੱਕੋ ਗੱਲ ਕਰਨਗੇ ਕਿ ਜੇ ਕਾਲੀ ਦਲ ਨੇ ਸੀਟ ਜਿੱਤਨੀ ਆ ਤੇ ਲਖਬੀਰ ਸਿੰਘ ਲੋਧੀ ਨੰਗਰ ਨੂੰ ਲਿਆਓ ਤੇ ਮੈਂ ਤੇ ਰੱਬ ਦਾ ਸ਼ੁਕਰੇ ਕਰਦਾ ਕਿ ਸੱਚੇ ਪਾਤਸ਼ਾਹ ਮੈਂ ਕਦੀ ਕਿਸੇ ਪੋਲੀਟੀਕਲ ਬੰਦੇ ਦੀ ਲੋਕਾਂ ਵੱਲੋਂ ਸਿਫਤ ਕਰਦਿਆ ਨਹੀਂ ਸੁਣਿਆ ਵੀ ਤੇਰੀ ਬੜੀ ಅಪਾਰ ਕਿਰਪਾ ਆ ਕਿ ਤੂੰ ਦਾਸ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਆ ਮੇਰੇ ਕੋਲੋਂ ਚੰਗੀ ਸੇਵਾ ਕਰਾਈ ਆ ਜਿਹਦੇ ਨਾਲ ਲੋਕ ਮੇਰੀ ਸੇਵਾ ਨੂੰ ਜਿਹੜਾ ਆ ਉਹ ਮੰਨਦੇ ਨੇ ਤੇ ਲੋਕ ਉਸ ਸੇਵਾ ਦੇ ਪ੍ਰਤੀ ਆਪਣਾ ਮਾਨ ਸਤਕਾਰ ਦਿੰਦੇ ਨੇ ਅੱਛਾ ਮੇਰਾ ਆਖਰੀ ਸਵਾਲ ਹੀ ਆ ਕਿ ਤੁਸੀਂ ਗੱਲ ਕੀਤੀ ਕਿ ਲੋਕਾਂ ਦੀ ਆਵਾਜ਼ ਜਾ ਤੁਸੀਂ ਆਪਣਾ ਵੀ ਸਮਝਦੇ ਹੋ ਕਿ ਹੁਣ ਮੈਂ ਫੇਰ ਵਾਪਸ ਘਰ ਦੇ ਵਿੱਚੋਂ ਹੀ ਲੜਾਂ ਜਿੱਥੋਂ ਲੋਕ ਚਾਹੁੰਦੇ ਨੇ ਇਹ ਗੱਲ ਤੁਸੀਂ ਯਕੀ ਹੈ ਲੇਕਿਨ ਕੀ ਇਹ ਆਵਾਜ਼ ਪਾਰਟੀ ਪ੍ਰਧਾਨ ਤੱਕ ਪਹੁੰਚੀ ਦਰ ਅਸਲ ਪਾਰਟੀ ਪ੍ਰਧਾਨ ਸਾਡੇ ਇਹਨੇ ਦੂਰ ਅੰਦੇਸ਼ੀ ਨੇ ਇੱਕ ਇੱਕ ਗੱਲ ਦਾ ਉਹਨਾਂ ਨੂੰ ਪਤਾ ਮਜੀਠਾ ਜੀ ਨੂੰ ਇੱਕ ਇੱਕ ਗੱਲ ਦਾ ਪਤਾ ਮਜੀਠਾ ਦਾ ਹਲਕਾ ਹੁਣ ਸਾਰਾ ਤੋੜ ਹੀ ਇਸ ਹਲਕੇ ਸਾਡੇ ਦੇ ਨਾਲ ਲੱਗਦਾ ਫਤਿਹ ਘਟੂੜੀਆਂ ਹਲਕੇ ਦੇ ਨਾਲ ਇਥੋਂ ਪੰਦੇੜਾ ਤੋਂ ਸ਼ੁਰੂ ਹੋ ਜਾਂਦਾ ਆਪਣਾ ਪਿੰਡੀ ਤੋਂ ਪਿੰਡਾਂ ਦਾ ਪਿੰਡ ਜਮੀਨਾਂ ਜਿਹੜੀਆਂ ਨੇ ਸਾਂਝੀਆਂ ਨੇ ਨਾਲੇ ਲੀਡਰਸ਼ਿਪ ਜਿਹੜੀ ਹੁੰਦੀ ਹੈ ਨਾ ਬਾਦਲ ਸਾਹਿਬ ਤੇ ਵੱਡੇ ਯਕੀਨ ਹੁੰਦੇ ਸੀ ਵੀ ਪੰਜਾਬ 'ਚ ਕਿڑی ਤੁਰੀ ਜਾਂਦੀ ਵੀ ਮੈਨੂੰ ਦਿੱਸਦੀ ਆ ਇੱਥੋਂ ਦੀ ਸਾਰੀ ਪੋਜੀਸ਼ਨ ਦਾ ਉਹਨਾਂ ਨੂੰ ਪਤਾ ਉਹਨਾਂ ਨੂੰ ਇਹ ਵੀ ਪਤਾ ਪਈ ਇਹਨਾਂ ਦੀ ਡੇਡੇ 'ਚ ਗੱਲ ਠੀਕ ਆ ਇਹ ਪੁਰਾਣੇ ਹਲਕੇ ਦੇ ਵਿੱਚ ਅੱਗੇ ਵੀ ਪਿਛਲੇ ਸਮਿਆਂ 'ਚ ਕਦੀ ਜਿੱਤ ਗਏ ਕਦੀ ਹਾਰ ਗਏ ਤੇ ਹੁੰਦੀ ਨਹੀਂ ਦੀ ਗੱਲ ਪਰ ਲਗਾਤਾਰ 5 ਇਲੈਕਸ਼ਨਾਂ ਜਿਹੜੀਆਂ ਨੇ ਡਾਊਨ ਹੋ ਜੇ ਬੰਦਾ 12 ਤੋਂ ਲੈ ਕੇ 17 ਸਾਲ ਅੱਜ ਤੱਕ ਕੋਈ ਇਲੈਕਸ਼ਨ ਜਿੱਤੇ ਫਿਰ ਸਭ ਤੋਂ ਵੱਡੀ ਮੈਨੂੰ ਦੁੱਖ ਦੀ ਗੱਲ ਇਹ ਆ ਕਿ ਮੇਰਾ ਉੱਥੋਂ ਬੰਦਾ ਚੋੱਕ ਕੇ ਲੈ ਗਏ ਪਟਾਲਿਓ ਕਮੇਟੀ ਬੰਦੀ ਬੰਦੀ ਰਹਿ ਗਈ ਕੌਮ ਦੀ ਪਿੱਠ ਵਿੱਚ ਸ਼ੁਰਾ ਵੱਜ ਗਿਆ ਪਾਰਟੀ ਦੀ ਪਿੱਠ ਵਿੱਚ ਸ਼ੁਰਾ ਵੱਜ ਗਿਆ ਪਾਰਟੀ ਨੇ ਗਲਤੀ ਕਰਕੇ ਇਹਨਾਂ ਨੂੰ ਮੌਜੂਦਦਾ ਬਣਾਤਾ ਮਜੇ ਦਾ ਸ਼ਹਿਦ ਦਿੱਤੀ ਨਾ ਇੱਕ ਕਿਸਮ ਦੀ ਉਸ ਗੱਲ ਦਾ ਵੀ ਮੈਨਾਂ ਨੂੰ ਗਲਾ ਕੀਤਾ ਉਹ ਕਹਿੰਦੇ ਪਹਿਲਾਂ ਦੀ ਪਲੈਨਿੰਗ ਬਣੀ ਸੀ ਚਲੋ ਅਸੀਂ ਸਮਝਦੇ ਆ ਵੀ ਇਹਨਾਂ ਨੇ ਗਲਤ ਗੱਲ ਕੀਤਾ ਆਈ ਡੋਟ ਬਾਈਟ ਮੈਂ ਕਹਾਂ ਚਲੋ ਕੋਈ ਐਸੀ ਗੱਲ ਨਹੀਂ ਜਿਹੜਾ ਸਮਾਂ ਲੰਘ ਗਿਆ ਵਾਪਸ ਨਹੀਂ ਆ ਸਕਦਾ ਤੇਰੇ ਸਾਹਮਣੇ ਉਹ ਬੰਦਾ ਜਿਹੜਾ ਚੁੱਕ ਕੇ ਲੈ ਗਏ ਸੀ ਗੁਰਦੁਆਰੇ ਆਹੀ ਇਕੱਠੇ ਹੋਏ ਆ ਬਿਲਕੁਲ ਮੈਂ ਫੇਰ ਉਹਨੂੰ ਟਿਕਟ ਦੇਤੀ ਕਿ ਚਲੋ ਕੋਈ ਗੱਲ ਨਹੀਂ ਪੁਰਾਣਾ ਕਾਲੀ ਸੀ ਜੇ ਕਿਸੇ ਦੇ ਚੁੱਕਿਆਂ ਚ ਕਹਾਂ ਗਲਤੀ ਹੋ ਗਈ ਹੈ ਪਰ ਲੋਕਾਂ ਨੇ ਅਡਾਪਟ ਨਹੀਂ ਕੀਤਾ ਤੁਹਾਡੇ ਸਾਹਮਣੇ ਬਿਲਕੁਲ ਤੁਸੀਂ ਇਸ ਵਾਰ ਇਸ ਵਾਰ ਬਿਲਕੁਲ ਟਿਕਟ ਉਹਨਾਂ ਨੂੰ ਦਿੱਤੀ ਲੇਕਿਨ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਮੈਂ ਮੇਰੇ ਮੇਰੀ ਮੇਰੀ ਪੇਸ਼ੈਂਸ ਹੈ ਅਭੀ ਮੈਂ ਕਿਸੇ ਵਾਰ ਵਾਸਤੇ 2% ਵਿੱਚ ਜਾਂਦੀ ਪਰ ਹੁਣ ਕਿਉਂਕਿ ਉਹਦੇ ਦੇ ਮੁੰਡੇ ਨੂੰ ਤੇ ਦੌਲਤ ਮਿਲੀ ਆ ਬਣੀ ਬਣਾਈ ਮੈਂ ਘਟੇ ਜੋ ਨਿਕਲ ਗਿਆ ਤੁਰਿਆ ਮੈਨੂੰ ਵਰਕਰ ਦੀਆਂ ਭਾਵਨਾਵਾਂ ਦਾ ਪਤਾ ਹੈ ਮੈਂ ਮੈਂਬਰ ਪੰਚਾਇਤ ਤੋਂ ਤੁਰ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੁੱਕੀਆਂ ਮੇਰਾ ਕਿਹੜਾ ਪਿਓ ਮਿਨਿਸਟਰ ਜਾਂ ਐਮਐਲਏ ਸੀ ਮੈਨੂੰ ਰੱਬ ਦੀ ਬੜੀ ਕਿਰਪਾ ਮੇਰੇ ਬੱਚੇ ਦੋਨੇ ਬਹੁਤ ਇੱਕ ਪੀ ਐਚ ਡੀ ਆ ਦੂਜਾ ਐਮ ਐਸ ਸੀ ਆਈਟੀ ਆ ਉਹ ਤੁਹਾਡੇ ਸਾਹਮਣੇ ਕੈਨੇਡਾ ਆ ਔਰ ਅਸੀਂ ਸੰਤੁਸ਼ਟ ਬੜੇ ਆ ਵੀ ਸੱਚੇ ਪਾਤਸ਼ਾ ਤੂੰ ਨੇਕ ਨਿਸ਼ਤੀ ਦੇ ਨਾਲ ਸਾਡੇ ਤੇ ਬੜੀ ਕਿਰਪਾ ਕੀਤੀ ਆ ਅਸੀਂ ਬਹੁਤ ਐਸ ਲਈ ਤੇਰੇ ਸ਼ੁਕਰ ਗੁਜ਼ਾਰ ਰਹੇ ਆ ਸਾਨੂੰ ਹੋਰ ਕੁਝ ਵੀ ਇਹੋ ਹੀ ਸਾਡੀ ਇੱਜ਼ਤ ਬਰਕਰਾਰ ਰਵੇ ਤੇ ਅਸੀਂ ਬੜੇ ਖੁਸ਼ ਆ ਪਰ ਇੱਥੇ ਲੋਕਾਂ ਦੀ ਜਿਹੜੀ ਖਾਸ਼ ਆ ਜਿਹੜੇ ਲੋਕ ਇਹਨੇ ਦੁਖੀ ਨੇ ਕਾਲੀ ਦਲ ਦੇ ਵਿੱਚ ਹੁੰਦਿਆਂ ਹੋਇਆਂ ਉਹਨਾਂ ਨੂੰ ਧੱਕੇ ਮਾਰ-ਮਾਰ ਕੇ ਕੱਢਿਆ ਜਾਂਦਾ ਉਹਨਾਂ ਨੂੰ ਇਹ ਆਖਿਆ ਜਾਂਦਾ ਕਿ ਤੁਸੀਂ ਲੋਦੀ ਨਿੰਗਲ ਦੇ ਬੰਦੇ ਜੇ ਤੇ ਦੂਜਿਆਂ ਲੋਕਾਂ ਨੂੰ ਸਦਕੇ ਗੁਟਕਾ ਦੇ ਉੱਤੇ ਸੌਂ ਖਵਾਈ ਜਾਂਦੀ ਹੈ ਕਿ ਤੁਸੀਂ ਕਹੋ ਵੀ ਅਸੀਂ ਕਾਲੋ ਫੈਮਿਲੀ ਦੇ ਵਫਾਦਾਰ ਆ ਕਾਲੀ ਦਲ ਦੀ ਵਫਾਦਾਰੀ ਤੇ ਗੱਲ ਹੀ ਕਰਦਾ ਅੱਜ ਤੂੰ ਫਿਰ ਕੇ ਵੇਖ ਲੋ ਮੈਂ ਤੁਹਾਡੇ ਕੋਲ 100 ਬੰਦਾ ਪੇਸ਼ ਕਰ ਦਿੰਦਾ ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਇਹ ਸੌਂ ਖਾਓਗੇ ਤੁਸੀਂ ਕਾਲੋ ਫੈਮਿਲੀ ਦੇ ਵਫਾਦਾਰ ਜੀ ਅੱਛਾ ਕਾਲੋ ਫੈਮਿਲੀ ਦੇ ਵਫਾਦਾਰ ਆਖਣ ਦੇ ਨਾਲ ਕਾਲੀ ਦਲ ਦੀ ਜਿਹੜੀ ਵਫਾਦਾਰੀ ਆ ਉਹਦੀ ਜ਼ਰੂਰਤ ਜ਼ਿਆਦਾ ਆ ਇੱਕ ਫੈਮਿਲੀ ਦੇ ਵਫਾਦਾਰ ਕਰਦੀ ਹੈ ਹੁਣ ਸਤਾਰ ਸਖਬੀਰ ਸਿੰਘ ਬਾਦਲ ਦਾ ਮੁਕਾਬਲਾ ਜੇ ਕਹੀਏ ਆ ਰਿਵਿਊ ਨਹੀਂ ਕਰਦੇ ਫਿਰ ਤੇ ਕੋਈ ਗਲਤ ਨਹੀਂ ਨਾ ਬੰਦੀ ਸਤਪ ਪ੍ਰਕਾਸ਼ ਸਿੰਘ ਬਾਦਲ ਦੀ ਜ਼ਿੰਦਗੀ ਲੱਗੀ ਹੈ ਉਹਨਾਂ ਨੇ ਉਹਨਾਂ ਦਾ ਬੇਟਾ ਆ ਉਹਨਾਂ ਦੇ ਬੇਟੇ ਨੇ ਕਿੰਨਾ ਚਿਰ ਉਹਨਾਂ ਦੇ ਨਾਲ ਇਹ ਪੋਲੀਟੀਕਲ ਪੜਾਈ ਦੇ ਵਿੱਚ ਰਿਹਾ ਆ ਨਾਲ ਤੁਰਿਆ ਰਿਹਾ ਆ ਕਦੋਂ ਕਾਬਲ ਹੋਇਆ ਜਦੋਂ ਸੰਭਾਲਣ ਜੋਗਾ ਸੀ ਉਦੋਂ ਉਹਨੂੰ ਉਹਨਾਂ ਨੇ ਕਮਾਂਡ ਦਿੱਤੀ ਆ ਔਰ ਪਿਛਲੇ 4 ਸਾਲਾਂ ਵਿੱਚ ਜਿੰਨਾ ਕਾਂਗਰਸ ਨੇ ਅਕਾਲੀ ਦਲ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਆ ਜਿੰਨੇ ਘਣਾਉਣੇ ਕੇਸ ਲਿਆ ਲਿਆ ਕੇ ਬਣਾਉਣ ਦੀ ਕੋਸ਼ਿਸ਼ ਕੀਤੀ ਆ ਸਰਦਾਰ ਸੁਖਬੀਰ ਸਿੰਘ ਬਾਦਲ ਜੀਠਾ ਜੀ ਉਹਨਾਂ ਦੀ ਇਹ ਹਿੰਮਤ ਆ ਕਿ ਉਹਨਾਂ ਪਾਰਟੀ ਨੂੰ ਫੇਰ ਉਸੇ ਤਰ੍ਹਾਂ ਹੀ ਖੜਾ ਕਰਕੇ ਰੱਖਤਾ ਜਿਹਨੂੰ ਇਹਨਾਂ ਨੇ ਰੋਲਣ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਮੁਕਾਬਲਾ ਕਿਵੇਂ ਕੀਤਾ ਜਾ ਸਕਦਾ ਬਿਲਕੁਲ ਜੇ ਗੱਲ ਕਰੀਏ ਲਖਬੀਰ ਸਿੰਘ ਲੋਧੀਗੰਗਲ ਦੀ ਤੇ ਲਖਬੀਰ ਸਿੰਘ ਲੋਧੀਨਗਲ ਦਾ ਸਾਫ਼ ਤੌਰ ਤੇ ਕਹਿਣਾ ਕਿ ਉਹ ਇੱਕ ਪਾਰਟੀ ਦੇ ਨਾਲ ਜੁੜੇ ਨੇ ਪਾਰਟੀ ਵਾਸਤੇ ਨੇ ਪਾਰਟੀ ਲਈ ਕੰਮ ਕਰ ਰਹੇ ਨੇ ਪਰ ਪਾਰਟੀ ਦਾ ਜੋ ਹੁਕਮ ਹੋਏਗਾ ਉਸ ਤਰੀਕੇ ਨਾਲ ਚੱਲਣਗੇ ਲੇਕਿਨ ਪਾਰਟੀ ਦੇ ਅਕਸ ਨੂੰ ਸਾਫ਼ ਕਰਨ ਲਈ ਪਾਰਟੀ ਦੇ ਅਕਸ ਨੂੰ ਹੋਰ ਸੁਧਾਰਨ ਲਈ ਇੱਕ ਨਵੀਂ ਜਿਹੜੀ ਸੋਚ ਆ ਜਾਂ ਜਿਹੜੇ ਬਦਲਾਵ ਨੇ ਉਹ ਬਹੁਤ ਜ਼ਰੂਰੀ ਨੇ ਔਰ ਇਸੇ ਦੇ ਚੱਲਦਿਆਂ ਉਹਨਾਂ ਵੱਲੋਂ ਜਿਹੜੇ ਇੱਕ ਦਾਵਾ ਪੇਸ਼ ਕੀਤਾ ਗਿਆ ਕਿ ਫਤਿਹਗੜ ਚੂੜੀਆਂ ਤੋਂ ਹੀ ਉਹ ਇਸ ਵਾਰ ਇਲੈਕਸ਼ਨ ਲੜਨਗੇ ਔਰ ਲੋਕਾਂ ਦੀ ਆਵਾਜ਼ ਔਰ ਲੋਕਾਂ ਦੀ ਆਵਾਜ਼ ਦੇ ਨਾਲ ਹੀ ਉਹ ਖੜੇ ਨੇ ਕੈਮਰਾ ਪਰਸਨ ਵਿਕੀ ਦੇ ਨਾਲ ਗੁਰਪ੍ਰਤ ਚਾਵਲਾ ਜਸ ਪੰਜਾਬੀ ਲਈ ਗੁਰਦਾਸਪੁਰ ਤੋਂ ਤੇ ਅੱਜ ਕਿਹੜੇ ਐਸੇ ਹਾਲਾਤ ਆ ਕਿ ਤੁਸੀਂ ਫਿਰ ਵਾਪਸੀ ਫਤਿਹਗੜ ਚੂੜੀਆਂ ਤੋਂ ਦੀ ਰਿਪੋਰਟ ਦਿੱਤੀ ਕਿ ਮੈਂ ਬਟਾਲੇ ਚ ਆਊਟਸਾਈਡਰ ਵਜਨ ਅਧਿਕਾਰੀ ਕਦੀ ਕਾਲੀਦਲ ਦਾ ਬਸਤਾ ਤੱਕ ਨਹੀਂ ਭੇਜਿਆ ਇਹਨਾਂ ਨੇ ਸਾਡੇ ਬੂਹੇਗੇ ਹਾਰਨ ਮਾਰ ਕੇ ਲੰਗਦੇ ਨੇ ਹੂਟਰ ਮਾਰ ਕੇ ਲੰਗਦੇ ਨੇ ਸੀਨੀਅਰਸ ਲੀਡਰ ਕਹਿੰਦੇ ਜੀ ਇਹ ਸਾਡੇ ਖਿਲਾਫ ਬਹੁਤ ਬੋਲਦਾ ਇਹ ਲੋਕ ਉਹ ਕਹਿੰਦੇ ਨਹੀਂ ਜਿਨ੍ਹਾਂ ਦੀ ਆਪਣੀ ਫਿਤਰਤ ਇਤਨਾਂ ਦੀ ਉਗੀ ਕਿ ਕਿਦਾ ਮੈਂ ਮੁੱਖ ਮੰਤਰੀ ਬਣਨਾ। ਸ਼੍ਰੀ ਅਸ਼ੁਨੀ ਸ਼ੇਗੜੀ ਜੀ ਕਹਿੰਦੇ ਮੈਂ ਡਿਪਟੀ ਮੁੱਖ ਮੰਤਰੀ ਬਣਨਾ। ਤੇ ਮੈਂ ਲੋਕਾਂ ਨੂੰ ਕਿਹਾ ਭਾਈ ਮੈਂ ਤੇ ਐਮਐਲਏ ਬਣਨਾ ਜੇ ਤੁਸੀਂ ਪਾ ਦਿਓਗੇ ਤੁਹਾਡੀ ਮਿਹਰਬਾਨੀ ਹੈ।